ਵਾਹਿਗੁਰੂ ਸਾਹਿਬ ਜੀਓ ਦੰਡਾਉਤ ਬੰਦਨ ਆਨਿਕ ਵਾਰ ਸਰਬ ਕਲਾ ਸਮਰੱਥ ਰਾਖੋ ਪ੍ਰਭ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ
कान मन मेरे सब देवहार Oh,
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਸੁਸ਼ੋਭਿਤ। ਗੁਰੂ ਪਿਆਰੀ ਸਾਧ ਸੰਗਤ ਜੀ, ਬੜਭਾਗੇ ਹਾਂ ਸਤਸੰਗਤ ਦੇ ਮਹਾਨ ਤੀਰਥ 'ਤੇ ਪਹੁੰਚੇ ਹਾਂ। ਆਪਣੀਆਂ ਸੁਰਤੀਆਂ ਨੂੰ ਇਕਾਗਰ ਰੱਖਦੇ ਹੋਏ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ। ਪ੍ਰੇਮ ਅਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ, ਸਤਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ। ਸੁਖਮਨੀ ਸਾਹਿਬ ਦੇ ਵਿੱਚੋਂ ਇੱਕ ਪਦ ਆਪਾਂ ਨੇ ਗਾਇਨ ਕੀਤਾ ਹੈ। ਆਓ ਪਹਿਲਾਂ ਗੁਰੂ ਜੀ ਦੇ ਇਹਨਾਂ ਵਚਨਾਂ ਦੀ ਵਿਚਾਰ। ਉਸਤਤ ਮਨ ਮੈਂ ਕਰਨ ਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਹਿ ਜੀਓ। ਨੈਨਹੋਂ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੈ ਸਭ ਸੰਗ। ਚਰਨ ਚੱਲੋ ਮਾਰਗ ਗੋਬਿੰਦ, ਮਿਟਹੇ ਪਾਪ ਜਪੀਐ ਹਰ ਬਿੰਦ। ਕਰ ਹਰ ਕਰਮ ਸ੍ਰਵਣ ਹਰ ਕਥਾ, ਹਰ ਦਰ ਕੈ ਨਾਨਕ ਊਜਲ ਮੱਥਾ। ਗੁਰੂ ਸਾਹਿਬ ਜੀ ਇਹਨਾਂ ਪਵਿੱਤਰ ਵਚਨਾਂ ਦੇ ਰਾਹੀਂ ਆਪਾਂ ਨੂੰ ਜੀਵਨ ਦਾ ਲਾਹਾ ਲੈਣ ਦੀ ਸਿੱਖਿਆ ਦੇ ਰਹੇ ਹਨ। ਉਸਤਤ ਮਨ ਮਹਿ ਕਰ ਨਿਰੰਕਾਰ, ਗੁਰੂ ਸਾਹਿਬ ਜੀ ਫਰਮਾਨ ਕਰਦੇ ਹਨ ਕਿ ਮਨ ਦੇ ਵਿੱਚ ਪਰਮਾਤਮਾ ਦੀ ਉਸਤਤ ਕਰ। ਉਸਤਤ ਮਨ ਮਹਿ ਕਰ ਨਿਰੰਕਾਰ। ਹੁਣ ਮਨ ਦੇ ਵਿੱਚ ਪਰਮਾਤਮਾ ਦੀ ਉਸਤਤ ਦਾ ਭਾਵ ਕੀ ਹੈ? ਆਪਾਂ ਪਿਛਲੀ ਹਾਜ਼ਰੀ ਵਿੱਚ ਵੀ ਗੱਲ ਕੀਤੀ ਸੀ ਕਿ ਮਨ ਕਰਕੇ ਪਰਮਾਤਮਾ ਦੀ ਹੋਂਦ ਨੂੰ ਮੰਨ, ਜਿਸ ਨੂੰ ਵਾਹਿਗੁਰੂ ਕਹਿੰਦਾ ਹੈ, ਰਾਮ ਕਹਿੰਦਾ ਹੈ, ਖੁਦਾ ਕਹਿੰਦਾ ਹੈ, ਸਤਨਾਮ ਕਹਿੰਦੇ ਹਾਂ। ਮਨ ਕਰਕੇ ਉਸ ਪਰਮਾਤਮਾ ਨੂੰ ਹਾਜ਼ਰ ਜਾਣ ਵੀ, ਜਿਹਨੂੰ ਵਾਹਿਗੁਰੂ ਕਹਿਣਾ, ਵਾਹਿਗੁਰੂ ਕੌਣ ਹੈ ਜੋ ਹਾਜ਼ਰ ਨਾਜ਼ਰ ਹੈ? ਇੱਦਾਂ ਮਨ ਕਰਕੇ ਪਰਮਾਤਮਾ ਜੀ ਨੂੰ ਆਪਣੇ ਕੋਲ ਮਹਿਸੂਸ ਕਰ, ਮਨ ਕਰਕੇ ਪਰਮਾਤਮਾ ਦੀ ਹੋਂਦ ਨੂੰ ਮੰਨ, ਅਤੇ ਹਰ ਕੰਮ ਪਰਮਾਤਮਾ ਦੇ ਭੈ ਵਿੱਚ ਰਹਿ ਕੇ ਕਰ। ਇਸ ਕਰਕੇ ਜੇ ਮਨ ਦੇ ਵਿੱਚ ਪਰਮਾਤਮਾ ਦੀ ਉਸਤਤ ਹੈ ਤਾਂ ਫਿਰ ਕਰ ਮਨ ਮੇਰੇ ਸਤ ਵਿਵਹਾਰ, ਮੇਰੇ ਮਨ ਸਤ ਵਿਵਹਾਰ ਕਰ। ਤੇਰੇ ਵਿਵਹਾਰ ਦੇ ਵਿੱਚ, ਤੇਰੇ ਵਰਤ ਵਰਤਾਵੇ ਦੇ ਵਿੱਚ ਕਹਿ ਲਓ, ਤੇਰੇ ਬਿਹੇਵੀਅਰ ਦੇ ਵਿੱਚ ਸੱਚ ਆ ਜਾਵੇ। ਜੇ ਆਪਣੇ ਵਰਤ ਵਰਤਾਵੇ ਵਿੱਚ, ਆਪਣੀ ਜ਼ਿੰਦਗੀ ਦੇ ਵਿਵਹਾਰ ਦੇ ਵਿੱਚ ਸੱਚ ਨਹੀਂ, ਤਾਂ ਇਹਦਾ ਭਾਵ ਸਾਡੇ ਮਨ ਨੇ ਪਰਮਾਤਮਾ ਦੀ ਹੋਂਦ ਨੂੰ ਨਹੀਂ ਮੰਨਿਆ। ਕਿਉਂਕਿ ਨਿਕਟ ਬੁੱਝਿਆ ਸੋ ਬੁਰਾ ਕਿਉਂ ਕਰਿਆ, ਜਿਹਨੇ ਪਰਮਾਤਮਾ ਜੀ ਨੂੰ ਨੇੜੇ ਜਾਣ ਲਿਆ ਉਹ ਬੁਰਾ ਕੰਮ ਕਿਵੇਂ ਕਰੂ, ਭਾਵ ਕਿ ਨਹੀਂ ਕਰ ਸਕਦਾ। ਸੋ ਸਾਡੇ ਜੀਵਨ ਦਾ ਜਿੰਨਾ ਵੀ ਵਰਤ ਵਰਤਾਵਾ ਹੈ ਇਹਦੇ ਵਿੱਚ ਵੀ ਸੱਚ ਆ ਜਾਵੇ। ਕਿਉਂਕਿ ਧਰਮੀ ਦਾ ਪਤਾ ਲੱਗਦਾ ਜ਼ਿੰਦਗੀ ਦੇ ਵਿੱਚ ਵਿਚਰਨ ਦੇ ਢੰਗ ਤੋਂ, ਜਿਵੇਂ ਅੰਨੇ ਦਾ ਪਤਾ ਤੁਰਨ ਦੇ ਢੰਗ ਤੋਂ ਲੱਗਦਾ। ਜੇ ਅੰਨਾ ਕਾਲੀਆਂ ਐਨਕਾਂ ਲਾ ਕੇ ਬੈਠਾ ਰਹੇ ਕਿਸੇ ਨੂੰ ਕੀ ਪਤਾ ਲੱਗਦਾ? ਪਤਾ ਲੱਗੂ ਜਦੋਂ ਉੱਠ ਕੇ ਤੁਰੂ। ਜਿਵੇਂ ਅੰਨੇ ਦਾ ਪਤਾ ਤੁਰਨ ਦੇ ਢੰਗ ਤੋਂ ਲੱਗਦਾ, ਇਸੇ ਤਰ੍ਹਾਂ ਧਰਮੀ ਬੰਦੇ ਦਾ ਪਤਾ ਜ਼ਿੰਦਗੀ ਦੇ ਵਿੱਚ ਵਿਚਰਨ ਦੇ ਢੰਗ ਤੋਂ ਲੱਗਦਾ ਕਿ ਜ਼ਿੰਦਗੀ 'ਚ ਕਿਵੇਂ ਜਿਉਂਦਾ, ਇਹਦਾ ਵਰਤ ਵਰਤਾਵਾ ਕਿੱਦਾਂ ਦਾ, ਵਿਵਹਾਰ ਕਿੱਦਾਂ ਦਾ, ਇਹਦਾ ਜਿਉਣ ਦਾ ਢੰਗ ਕਿੱਦਾਂ ਦਾ। ਸੋ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਤੋਂ ਸੱਚਾ ਗਿਆਨ ਪ੍ਰਾਪਤ ਕਰਕੇ ਸੱਚੇ ਗਿਆਨ ਦੇ ਮੁਤਾਬਕ ਜੀਵਨ ਜਿਉਣਾ ਹੈ। ਗੁਰਬਾਣੀ ਸਾਨੂੰ ਜੀਵਨ ਜਾਂਚ ਦੱਸ ਰਹੀ ਹੈ, ਜੀਵਨ ਜਾਂਚ ਕਹਿ ਲਓ, ਜਿਉਣ ਦਾ ਢੰਗ ਤਰੀਕਾ ਕਹਿ ਲਓ, ਵੇ ਆਫ ਲਾਈਫ, ਕਿਵੇਂ ਜਿਉਣਾ, ਕੀ ਕਰਨਾ, ਕੀ ਨਹੀਂ ਕਰਨਾ, ਇਹ ਸਾਰੀ ਸੋਝੀ ਸਾਨੂੰ ਗੁਰਬਾਣੀ ਤੋਂ ਮਿਲਦੀ ਹੈ। ਅਤੇ ਸੱਚੇ ਗਿਆਨ ਦੇ ਮੁਤਾਬਕ ਅਸੀਂ ਵਿਵਹਾਰ ਕਰਨਾ ਹੈ, ਤਾਂ ਹੀ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਮਨ ਦੇ ਵਿੱਚ ਪਰਮਾਤਮਾ ਦੀ ਉਸਤਤ ਹੈ, ਮਾਲਕ ਦੀ ਵਡਿਆਈ ਹੈ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਹਿ ਜੀਓ। ਪਵਿੱਤਰ ਰਸਨਾ ਦੇ ਨਾਲ ਪਰਮਾਤਮਾ ਜੀ ਦੇ ਨਾਮ ਅੰਮ੍ਰਿਤ ਨੂੰ ਪੀ। ਨਿਰਮਲ ਰਸਨਾ ਅੰਮ੍ਰਿਤ ਪੀਓ,
ਹੁਣ ਅੰਮ੍ਰਿਤ ਕਿਵੇਂ ਪੀਤਾ ਜਾਂਦਾ ਹੈ? ਗੁਰਬਾਣੀ ਦਾ ਅਰਥ ਗੁਰਬਾਣੀ ਵਿੱਚੋਂ ਸਮਝ ਲਈਏ। ਅੰਮ੍ਰਿਤ ਵਚਨ ਸਤਿਗੁਰ ਕੀ ਬਾਣੀ, ਜੋ ਬੋਲੈ ਸੋ ਮੁੱਖ ਅੰਮ੍ਰਿਤ ਪਾਵੈ। ਇਹ ਜੋ ਸਤਿਗੁਰ ਕੀ ਬਾਣੀ ਅੰਮ੍ਰਿਤ ਵਚਨ ਹੈ, ਅੰਮ੍ਰਿਤ ਵਚਨ ਸਤਿਗੁਰ ਕੀ ਬਾਣੀ, ਜੋ ਬੋਲੈ ਸੋ ਮੁੱਖ ਅੰਮ੍ਰਿਤ ਪਾਵੈ। ਜੋ ਜਿਹੜਾ ਵੀ ਰੱਬੀ ਬਾਣੀ ਨੂੰ ਆਪਣੀ ਜੀਵ ਦੇ ਨਾਲ ਉਚਾਰਨ ਕਰਦਾ, ਜੋ ਬੋਲੈ ਸੋ ਮੁੱਖ ਅੰਮ੍ਰਿਤ ਪਾਵੈ, ਉਹ ਆਪਣੇ ਮੁੱਖ ਦੇ ਵਿੱਚ ਅੰਮ੍ਰਿਤ ਪਾਉਂਦਾ। ਜਦੋਂ ਆਪਾਂ ਰਸਨਾ ਦੇ ਨਾਲ ਗੁਰਬਾਣੀ ਨੂੰ ਪੜ੍ਹਦੇ ਹਾਂ ਤਾਂ ਸਮਝ ਲਓ ਸਾਡੇ ਮੁੱਖ ਦੇ ਵਿੱਚ ਅੰਮ੍ਰਿਤ ਪੈ ਗਿਆ। ਹੁਣ ਇੱਥੇ ਲਿਖਿਆ ਹੈ ਅੰਮ੍ਰਿਤ ਪੀਣਾ। ਪੀਣ ਦਾ ਭਾਵ ਕੀ ਹੈ? ਅੰਦਰ ਲੈ ਜਾਣਾ। ਹੁਣ ਮੁੱਖ ਦੇ ਵਿੱਚ ਅੰਮ੍ਰਿਤ ਤਾਂ ਪੈ ਗਿਆ ਜਦੋਂ ਆਪਾਂ ਰੱਬੀ ਬਾਣੀ ਨੂੰ ਜੀਵ ਦੇ ਨਾਲ ਉਚਾਰਨ ਕੀਤਾ, ਅਤੇ ਜੇ ਸਾਡਾ ਧਿਆਨ ਸੁਣਨ ਦੇ ਵਿੱਚ ਹੈ ਤਾਂ ਸਮਝ ਲਓ ਅਸੀਂ ਗਿਆਨ ਅੰਮ੍ਰਿਤ ਨੂੰ ਪੀ ਲਿਆ। ਸੁਰਤ ਨੇ ਸੁਣ ਕੇ ਗਿਆਨ ਨੂੰ ਅੰਦਰ ਲੈ ਜਾਣਾ। ਜੇ ਤਾਂ ਧਿਆਨ ਦੇ ਨਾਲ ਸੁਣ ਲਿਆ ਤਾਂ ਅਸੀਂ ਅੰਮ੍ਰਿਤ ਪੀ ਲਿਆ। ਜੇ ਧਿਆਨ ਨਾਲ ਸੁਣਿਆ ਨਹੀਂ ਤਾਂ ਜੀਵ ਨਾਲ ਗੁਰਬਾਣੀ ਨੂੰ ਬੋਲਿਆ, ਮੁੱਖ ਵਿੱਚ ਅੰਮ੍ਰਿਤ ਪੈ ਗਿਆ, ਪਰ ਸੁਰਤ ਗੈਰ ਹਾਜ਼ਰ ਹੋਣ ਕਰਕੇ ਅੰਮ੍ਰਿਤ ਪੀਤਾ ਨਹੀਂ, ਅਸੀਂ ਅੰਮ੍ਰਿਤ ਦੀਆਂ ਕੁਰਲੀਆਂ ਕੀਤੀਆਂ। ਕਈ ਭੈਣ ਭਰਾ ਬਾਣੀ ਪੜ੍ਹਦੇ ਆ, ਚੰਗੀ ਗੱਲ ਹੈ, ਪੜ੍ਹਨਾ ਚਾਹੀਦਾ ਗੁਰਬਾਣੀ ਨੂੰ, ਪਰ ਉਹ ਧਿਆਨ ਨਾਲ ਸੁਣਦੇ ਨਹੀਂ, ਜਿਸ ਕਰਕੇ ਅੰਮ੍ਰਿਤ ਪੀਣ ਤੋਂ ਵਾਂਝੇ ਰਹਿ ਜਾਂਦੇ ਹੈ। ਸੁਰਤ ਨੇ ਹੀ ਗਿਆਨ ਅੰਮ੍ਰਿਤ ਨੂੰ ਅੰਦਰ ਲੈ ਕੇ ਜਾਣਾ। ਸੋ ਜੀਵ ਦੇ ਨਾਲ ਬੋਲੋ ਅਤੇ ਧਿਆਨ ਦੇ ਨਾਲ ਸੁਣੋ, ਇੱਦਾਂ ਗਿਆਨ ਅੰਮ੍ਰਿਤ ਨੂੰ ਪੀਣਾ ਹੈ। ਜੀਵ ਨਾਲ ਬੋਲ ਕੇ ਧਿਆਨ ਨਾਲ ਸੁਣੋ। ਜਪਜੀ ਸਾਹਿਬ ਜੀ ਆਪਾਂ ਪੜ੍ਹਦੇ ਹਾਂ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਇਹ ਰੱਬੀ ਬਾਣੀ ਨੂੰ ਪੜ੍ਹਨ ਦਾ ਤਰੀਕਾ ਆਪ ਹੀ ਦੱਸ ਦਿੱਤਾ ਗੁਰੂ ਸਾਹਿਬ ਜੀ ਨੇ। ਗਾਵੀਐ, ਪਹਿਲੀ ਗੱਲ ਤਾਂ ਇਹ ਹੈ ਕਿ ਰੱਬੀ ਬਾਣੀ ਨੂੰ ਲੈ ਦੇ ਨਾਲ ਪੜ੍ਹਨਾ ਚਾਹੀਦਾ। ਗਾਵੀਐ ਦਾ ਅਰਥ ਕੀ ਹੁੰਦਾ? ਲੈਣਾ, ਪੜ੍ਹਨਾ। ਗੁਰਬਾਣੀ ਸਪੀਡ ਨਾਲ ਨਹੀਂ ਪੜ੍ਹਨੀ। ਸਪੀਡ ਨਾਲ ਬਾਣੀ ਕੌਣ ਪੜ੍ਹਦੇ ਹੈ? ਜਿਹੜੇ ਨਿਵੇੜਨ ਦੇ ਭਾਵਨਾ ਪੜ੍ਹਦੇ ਹੈ ਜਾਂ ਗਿਣਤੀਆਂ ਪੂਰੀਆਂ ਕਰਨ ਵਾਸਤੇ ਪੜ੍ਹਦੇ ਹੈ। ਗੁਰਬਾਣੀ ਗਿਣਤੀਆਂ ਪੂਰੀਆਂ ਕਰਨ ਵਾਸਤੇ, ਗੇੜੇ ਦੇਣ ਵਾਸਤੇ ਨਹੀਂ। ਗੁਰਬਾਣੀ ਗਿਆਨ ਅੰਮ੍ਰਿਤ ਹੈ। ਇਹ ਗਿਆਨ ਅੰਮ੍ਰਿਤ ਨੂੰ ਅਸੀਂ ਪੀਣਾ ਹੈ। ਸੋ ਗੁਰਬਾਣੀ ਪੜ੍ਹਨ ਦਾ ਮਕਸਦ ਹੈ ਮਨ ਨੂੰ ਸੱਚੇ ਗਿਆਨ ਦੇ ਰਾਹੀਂ ਸਮਝਾਉਣਾ ਹੈ। ਗੁਰਬਾਣੀ ਪੜ੍ਹਨ ਦਾ ਮਕਸਦ ਗੇੜੇ ਦੇਣਾ ਨਹੀਂ। ਗੁਰਬਾਣੀ ਪੜ੍ਹਨ ਦਾ ਮਕਸਦ ਗਿਆਨ ਅੰਮ੍ਰਿਤ ਨੂੰ ਪੀਣਾ ਹੈ, ਮਨ ਨੂੰ ਮਜ਼ਬੂਤ ਕਰਨਾ ਹੈ। ਗੁਰਬਾਣੀ ਸਾਡੇ ਮਨ ਨੂੰ ਸਮਝਾਉਂਦੀ ਹੈ ਅਤੇ ਮਨ ਨੂੰ ਸਮਝਾਉਣ ਵਾਸਤੇ ਗੁਰਬਾਣੀ ਪੜ੍ਹਨੀ ਹੈ। ਮਨ ਸਮਝ ਆਵਣ ਕਾਰਨੇ ਕਸ਼ੂਕ ਪੜ੍ਹੀ ਹੈ ਗਿਆਨ। ਮਨ ਨੂੰ ਸਮਝਾਉਣ ਵਾਸਤੇ ਕਹਿੰਦੇ ਭਾਵੇਂ ਥੋੜ੍ਹਾ ਕੀ ਗਿਆਨ ਪੜ੍ਹ ਲਓ, ਪੜ੍ਹ ਲਓ ਭਾਵੇਂ ਥੋੜ੍ਹਾ, ਪਰ ਪਿਆਰ ਦੇ ਨਾਲ ਬਾਣੀ ਪੜ੍ਹੋ, ਧਿਆਨ ਨਾਲ ਸੁਣੋ ਵੀ ਗੁਰੂ ਸਾਹਿਬ ਜੀ ਇਹਨਾਂ ਵਚਨਾਂ ਵਿੱਚ ਸਾਨੂੰ ਕੀ ਕਹਿ ਰਹੇ ਹਨ। ਭਾਵ ਕਿ ਗਿਆਨ ਅੰਮ੍ਰਿਤ ਨੂੰ ਪੀਓ, ਭਾਵੇਂ ਥੋੜ੍ਹਾ ਪੜ੍ਹ ਲਓ। ਦੇਖੋ ਹਰ ਫੈਸਲਾ ਗੁਰਬਾਣੀ ਦਾ ਹੈ। ਐਵੇਂ ਸਪੀਡ ਨਾਲ ਬਾਣੀ ਪੜ੍ਹਨੀ ਨਿਵੇੜਨ ਦੇ ਭਾਵ ਨਾਲ, ਗਿਣਤੀਆਂ ਪੂਰੀਆਂ ਕਰਨ ਦੇ ਭਾਵ ਨਾਲ ਨਹੀਂ। ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ। ਬੱਧਾ ਚੱਟੀ ਦਾ ਭਾਵ ਵੱਜ ਕੇ ਕਹਿ ਲਓ, ਬੋਝ ਪਾ ਕੇ ਕਹਿ ਲਓ। ਬੋਝ ਪਾ ਕੇ ਵੱਜ ਕੇ ਵੀ ਇੰਨੀ ਗਿਣਤੀ ਪੂਰੀ ਕਰਨੀ ਹੈ। ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ। ਜੋ ਬੋਝ ਪਾ ਕੇ ਵੱਜ ਕੇ ਕੀਤਾ ਜਾਂਦਾ ਹੈ ਇਹਦਾ ਕੋਈ ਗੁਣ ਜਾਂ ਭਲਾ ਨਹੀਂ ਹੁੰਦਾ, ਨਾ ਗੁਣ ਨਾ ਉਪਕਾਰ। ਸੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜਸਾਰ। ਭਾਈ ਉਹੀ ਕੰਮ ਸ੍ਰੇਸ਼ਠ ਹੁੰਦਾ ਹੈ ਜਿਹੜਾ ਖੁਸ਼ੀ ਦੇ ਸਹਿਤ ਚਾਅ ਦੇ ਨਾਲ, ਪਿਆਰ ਦੇ ਨਾਲ ਕੀਤਾ ਜਾਵੇ। ਇਸ ਕਰਕੇ ਮਨ ਹੈ ਜਿਹੜਾ ਇਹ ਗੁਰੂ ਦੇ ਵਚਨਾਂ ਦੇ ਰਾਹੀਂ ਸਮਝਦਾ, ਭੂਲਾ ਮਨ ਸਮਝੈ ਗੁਰ ਸ਼ਬਦੀ। ਅਤੇ ਮਨ ਨੂੰ ਸਮਝਾਉਣ ਵਾਸਤੇ ਹੀ ਬਾਣੀ ਪੜ੍ਹਨੀ ਹੈ। ਤਾਂ ਤੇ ਇੱਕ ਤਾਂ ਇਹ ਸਾਰੇ ਭੈਣ ਭਰਾ ਨੋਟ ਕਰ ਲਓ, ਗੁਰਬਾਣੀ ਨੂੰ ਅਸੀਂ ਗਾਵੀਏ ਦਾ ਅਰਥ ਕੀ ਹੈ? ਲੈਣਾ, ਪੜ੍ਹਨਾ। ਇੱਥੇ ਰਾਗ ਦੇ ਵਿੱਚ ਗਾਉਣ ਦਾ ਅਰਥ ਨਹੀਂ, ਭਾਵ ਲੈ ਦੇ ਨਾ ਬਾਣੀ ਪੜ੍ਹੋ। ਜਿਸ ਤਰ੍ਹਾਂ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ
अजूनी सैभं गुर प्रसाद भी एक एक वचन जो रसना स्पष्ट रूप से शुद्ध उच्चारण करे एक एक वचन सुर तो सुन दी जाए ਇੱਦਾਂ ਨਹੀਂ ਬਾਣੀ ਪੜ੍ਹਨੀ ਦੱਸਣ ਵਾਸਤੇ ਬੋਲਣਾ ਪੈਣਾ ਵੀ ਇੱਕ ਓਂਕਾਰ ਸਤਨਾਮ ਕਰਦਾ ਗੁਰੂ ਗੋਬਿੰਦ ਸਿੰਘ ਕਾਲ ਮੁਰਦੀ ਨੂੰ ਸਤਨਾਮ ਕਰਦਾ ਸਾਜਾ ਪਾਸ ਸਾਜਾ ਸਾਜਾ ਵੀ ਸਨਾਨ ਕੋਈ ਵੀ ਸੋਚਾ ਚਨਾ ਉਹ ਜੇ ਇਦਾਂ ਭਾਈ ਕਿਉਂ ਪੜ੍ਹਦੇ ਹੋ ਕਹਿੰਦੇ ਜੀ 11 ਪਾਠ ਦੱਸਿਆ ਬਾਬਾ ਜੀ ਨੇ ਫੇਰ ਹੀ ਨਿਬੜਨਗੇ ਉਹ 11 ਨੂੰ ਰਹਿਣ ਦੇ ਇੱਕੋ ਹੀ ਕਰ ਲਾ ਬੋਲੋ ਸਤਨਾਮ ਰੇਸਾਂ ਖਿੱਚੀ ਤੁਰਿਆ ਜਾਂਦਾ ਦੱਸੋ ਲੈ ਇਹ ਰੇਸਾਂ ਨਹੀਂ ਖਿੱਚਣੀਆਂ ਜੇ ਰੇਸਾਂ ਖਿੱਚਣੀਆਂ ਕਿਤੇ ਬਾਣੀ 'ਚ ਲਿਖਿਆ ਤਾਂ ਮੈਨੂੰ ਦੱਸ ਦਿਓ ਤੁਸੀਂ ਗੁਰਬਾਣੀ ਨੂੰ ਲੈਣਾ ਪੜ੍ਹਨਾ हर फैसला गुरबाणी का मनना है गा भी यह अर्थ समझ आ गया सारे ना भी लै ना बाणी पढ़ो अगे की लिखा फिर सुनिए ध्यान ला के सुनना चाहिए जी बोल रही है एक ओंकार सुरत ने सुन लिया एक ओंकार ये ना हो भी जीव तो एक ओंकार बोलगी पर सुरत ने सुनिया नहीं फिर अमृत नहीं पीता फिर ज्ञान अमृत नहीं पीता नहीं इस करके अनसुनी वाणी है जो वह साढ़े अंदर नहीं जाती बार बार ही रह जाती है पर असी ज्ञान अमृत नू पीना है इस करके लैना बाणी पढ़नी चाहिए है ध्यान न सुननी चाहिए है गा भी सुनिए इन अर्थ हो गया अगे की लिखे मन रखिए भाओ सुने हुए वचना का मन के प्यार रखना चाहिए ये नहीं भी गुरु का वचन सुनता लिया पर मन के प्यार नहीं रखिया सुन के अनसुनिया कर दिता सो गुरु के वचन नू रब्बी बाणी के वचन सुन के अनसुनिया नहीं करना मन के प्यार रखना चाहिए मन रखी है भाओ मन के प्यार रखने का भाव की हो गया कदे भी गुरबाणी के किसी वचन की उलंघना नहीं करनी चाहिए जे आप बाणी के वचना की उलंघना करते हाँ तो यह भाव है कि साढ़े मन च प्यार है नहीं ਇਹ ਨੇ ਜੀ ਤਿੰਨ ਨੁਕਤੇ ਜੋ ਬਾਣੀ 'ਚ ਆਪਾਂ ਨੂੰ ਦੱਸ ਦਿੱਤੇ ਲੈਣਾ ਪੜ੍ਹੋ ਧਿਆਨ ਨਾਲ ਸੁਣੋ ਮਨ 'ਚ ਪਿਆਰ ਰੱਖੋ ਫਿਰ ਬਖਸ਼ਿਸ਼ ਅਗਲੀ ਪੰਕਤੀ ਵਿੱਚ ਬਖਸ਼ਿਸ਼ ਹੈ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਫਿਰ ਦੁੱਖਾਂ ਨੂੰ ਤਿਆਗ ਕੇ ਆਤਮਕ ਸੁੱਖ ਨੂੰ ਹਿਰਦੇ ਘਰ ਵਿੱਚ ਲੈ ਜਾਈਦਾ ਭਾਵ ਕਿ ਅੰਦਰ ਇੱਕ ਸਾਨੂੰ ਆਤਮਕ ਸੁੱਖ ਮਿਲ ਜਾਂਦਾ ਹੈ ਜੇ ਅਸੀਂ ਰੱਬੀ ਬਾਣੀ ਨੂੰ ਪਿਆਰ ਨਾਲ ਪੜ੍ਹਾਂਗੇ ਧਿਆਨ ਨਾਲ ਸੁਣਾਂਗੇ ਅਤੇ ਮਨ ਵਿੱਚ ਪਿਆਰ ਰੱਖਾਂਗੇ ਇਹਦਾ ਸਿੱਧ ਹੋਇਆ ਸੋ ਗਿਆਨ ਅੰਮ੍ਰਿਤ ਨੂੰ ਪੀਣਾ ਹੈ ਜੀਵਨਾ ਬੋਲ ਕੇ ਧਿਆਨ ਨਾਲ ਸੁਣਨਾ ਸਤਸੰਗ ਵਿੱਚ ਆ ਕੇ ਸੁਣਨਾ ਹੈ ਕਿਉਂਕਿ ਸੁਣਨ ਦੇ ਨਾਲ ਹੀ ਗਿਆਨ ਅੰਮ੍ਰਿਤ ਬੀਤਾ ਜਾਂਦਾ ਦੋ ਤਰੀਕੇ ਨੇ ਆਪਣੀ ਜੀਵਨਾ ਬੋਲ ਕੇ ਆਪ ਹੀ ਸੁਣੋ ਜਾਂ ਸਤਸੰਗ ਵਿੱਚ ਆ ਕੇ ਕੋਈ ਵੀ ਗੁਰਮੁਖ ਤੁਹਾਨੂੰ ਬਾਣੀ ਦੀ ਗੱਲ ਸੁਣਾਉਂਦਾ ਬਾਣੀ ਦੀ ਗੱਲ ਸਮਝਾਉਂਦਾ ਕੋਈ ਵੀ ਇੱਕ ਦੇਹ ਦੀ ਗੱਲ ਨਹੀਂ ਕੋਈ ਵੀ ਤਾਂ ਤੇ ਧਿਆਨ ਨਾਲ ਸੁਣੋ ਸੁਣ ਕੇ ਗਿਆਨ ਅੰਮ੍ਰਿਤ ਨੂੰ ਅਸੀਂ ਪੀਣਾ ਹੈ आप जीवना बोल के आप सुनो व्यक्तिगत रूप च कह लो कल्ले कल्ले रूप दे विच आप बाणी पढ़ो ध्यान नाल सुनो ते सतसंग विच आके संगत रूप दे विच सुनो एदां असीं ज्ञान अमृत नूं पीना है शब्द दी विचार राहीं साडा मन है जो ये ज्ञान अमृत नूं पींदा है चिम चिम वरस है अमृत धारा मन पीवै सुन शब्द विचारा सो निर्मल रसना अमृत पीओ ये तो भाई पवित्र रसना दे नाल रब्बी बाणी दे ज्ञान अमृत नू पीओ पंक्ति चेते च रखियो अमृत वचन सतगुर की बाणी जो बोले सो मुख अमृत पावै सदा सुहेला कर लह जियो अपनी जिंद नू सदा वास्ते सुखी कर लै जियो दा भाव जिंद ज्ञान अमृत तो बिना रब्बी बाणी के अमृत तो बिना जिंद सुखी नहीं हो सकती बड़े बड़े लोग इत्थे चिंता दे विच है क्योंकि सच्चे ज्ञान तो बिना मन कमजोर है कमजोर मन है जिहड़ा डिक डोले खांदा रहिंदा है इस करके इत्थे बड़े बड़े लोग चिंता दे विच है सिर्फ उही चिंता तो बचिया होया है जिथे गुरबाणी का ज्ञान है जिथे परमात्मा की याद है चिंतत ही दिसै सब कोई चेत ही एक तही सुख होई नहीं तो इत्थे हर कोई बड़े बड़े जो दिसै Yeah.
सुखी नहीं होंगी। गुरु जी कहते वड्डे वड्डे लोग भी चिंता दे विच है। इस करके जे असी चाहते हाँ साड़ी जिंद सुखी हो जाए तो रब्बी बाणी दे नाम अमृत नूं ज्ञान अमृत नूं पीना है, क्योंकि गुर शब्द के सहारे ही साडा मन मजबूत हो सकता है। ज्यों मंदिर को थम है थमन त्यों गुर का शब्द मन है अस थमन। जिमें मकान नूं थम का सहारा हुंदा, थम पिलर कह लो थमला कह लो, इस तरह मन नूं गुर शब्द का सहारा हुंदा। तां ते जे ज्ञान अमृत नूं पीवांगे, जिस तरह तन की खुराक भोजन है ते मन की खुराक ज्ञान है, तो जे मन मजबूत हो जाए फिर साढ़े एक विल पावर आ जाती है, एक आत्म विश्वास बन जाता, एक सैल्फ कॉन्फिडेंस बन जाता, कह लो निश्चा दृढ़ता परिपक्वता बन जाती है, असी किसी भी हालत में फिर डोल नहीं सकते। इस करके निर्मल रसना अमृत पियो, सदा सुहेला कर लह जियो, नैन हो पेख ठाकुर का रंग, साध संग बिनसै सब संग। अगली पंक्ति विच गुरु जी ज्ञान दे रहे हैं, अखां दे नाल परमात्मा का तमाशा वेख, नैन हो पेख ठाकुर का रंग, भाव के अखां दे नाल इस भाव दे विच ही वेख भी मेरा मालक ही अनेक रंगा रूपां दे विच खेड़ रहा है। मंद दृष्टि छड़ दे, ज्ञान तो बिना की हुंदा गल कहिंदे मैनूं माफ कर देना, कई बार साडी दृष्टि सिर्फ चम तक रुक जाती है, जा फिर साड़ी दृष्टि किदां दी हुंदी है पर दृष्टि, जिथों एक रोग पैदा हुंदा है ईरखा का, ईरखा जिन्हों साड़ा भी कहिंदे हाँ, जैलस कहिंदे हाँ, मन दी टीवी भी कहा इहनूं सतपुरशां ने, तां ते इह दृष्टि रोग तो लगता है। तो जे ये दृष्टि रोग लग जाए तो फिर जिउंदा नहीं, फिर मनुख मरदा है, मनुख दा हुंदा है मानस दे ही, फिर कदे तो किसी की कोठी देख के मरदा है, कदे किसी की कार देख के मरदा है, कदे किसी का रूप देख के मरदा है, कदे किसी के बच्चे देख के मरदा है, कदे किसी की तरक्की देख के मरदा है, यह जहा रोग लग गया अखा नूं वेख वेख के मरदा है, तां ते दृष्टि रोग है। ये अखा की बीमारी जिहदा इलाज दुनियावी डॉक्टर कोल नहीं, तुसीं दुनियावी डॉक्टर कोल जाओ भी डॉक्टर साहब जी कोई आई ड्रॉप है कादा जी, मैनू दृष्टि रोग लग गया, देख देख ही मरी जाना मैं, कि अपनी बीमारी तो दसनी पैंदी है ना, वह कहो भी नहीं इदा की तो कोई दवाई नहीं बनी, ये अखा का रोग तो मेरे सतगुर वैद जी ठीक करते हैं, बिचों इशारा मिल गया ना भी किहड़े रोगों की गल है, इदा के सारे रोग ने जिहड़े ये मेरे सतगुर वैद ही ठीक करते हैं। अखा की कोई बाहरी तकलीफ होगी तो बाहरी डॉक्टर को जाना पैंदा है, पर जे अखा नूं ये दृष्टि रोग लग्या जिहड़ा इहदा इलाज मेरे सतगुर वैद जी करदे है, मेरा गुरु ही सच्चे ज्ञान की दवाई दिंदा है, फिर ये दृष्टि रोग है जिहड़ा ना ये ठीक हो जाता है, नहीं तो इस दृष्टि रोग दे विच ही बहुती दुनिया मर जाती है। ये पर दृष्टि है, अखा दे उत्ते एक जाने कि यह रोग करके एक नींद पई रही है, मनुख एक नींद विच जी रहा है, हिपनोटिक स्लीप कहते हाँ असीं इसनूं साइंस की भाषा दे विच, एक समोहन विच जी रहा है, मनुख एक नींद विच जी रहा है। बाणी च भी वचन आउंदा है ना, नैन हो नींद पर दृष्ट विकार, जिहड़ी पर दृष्टि विकारी दृष्टि है यह मानो अखां दे उत्ते नींद पई हुई है, इहदा इलाज ज्ञान अमृत ने करना है, इसका इलाज सच्चे ज्ञान की दवाई ने करना है, ये इलाज दुनियावी आई स्पैशलिस्ट को नहीं हो सकता। इस करके जो नैन हो नींद पर दृष्ट विकार, श्रवण सोए सुन निंद विचार, रसना सोई लोह मीठे साध, मन सोया माया विस्माद, इस ग्रह में कोई जागत रह सावत वस्त वो अपनी लह रहाओ, ते सगल सहेली अपने रसमाती, ग्रह अपने की खबर न जाती, मुसनहार पंच बटवारे, सोने नगर परे टग ठग हारे, उनते रख है बाप ना माई, उनते रख है मीत ना पाई, दरब सियाणप ना ओए रहते, साध संग ओए दुष्ट बस होते, कर कृपा मोहे सारिंग पान, संतन धूर सर्व निधान, सावत पूंजी सतगुर संग, नानक जागै पार ब्रह्म कै रंग, सो जागै जिस प्रभ कृपाल, ये पूंजी साबित धन माल रहा। दूजा
ਇਦਾਂ ਇਹ ਹੈ ਜੋ ਨੀਂਦ ਪਈ ਹੋਈ ਹੈ ਜੋ ਕੰਨ ਵੀ ਸੁੱਤੇ ਪਏ ਹੈ ਇਸ ਕਰਕੇ ਗੁਰਬਾਣੀ ਦੀ ਸਰੋਤ ਨਹੀਂ ਲੱਗ ਰਹੀ ਕੰਨਾਂ ਨੂੰ ਬਾਣੀ ਮਿੱਠੀ ਨਹੀਂ ਲੱਗ ਰਹੀ ਜੀਭ ਸੁੱਤੀ ਪਈ ਹੈ ਇਸ ਕਰਕੇ ਬਾਣੀ ਪੜ੍ਹਦੇ ਸਵਾਦ ਨਹੀਂ ਆਉਂਦਾ ਜੀਭ ਸੁੱਤੀ ਪਈ ਹੈ ਅੱਖਾਂ ਸੁੱਤੀਆਂ ਪਈਆਂ ਮਨ ਸੁੱਤਾ ਪਿਆ ਗੁਰੂ ਦਾ ਗਿਆਨ ਟੁੰਬ ਨਹੀਂ ਰਿਹਾ ਇਸ ਕਰਕੇ ਇਹ ਜਿਹੜੀ ਨੀਂਦ ਹੈ ਇਹ ਜੋ ਬਿਮਾਰੀ ਹੈ ਗੁਰੂ ਸਾਹਿਬ ਦਾ ਗਿਆਨ ਠੀਕ ਕਰਦਾ ਧਿਆਨ ਲਾ ਕੇ ਸੁਣੀਏ ਤੇ ਬਖਸ਼ਿਸ਼ ਹੋ ਜਾਂਦੀ ਹੈ ਇਸ ਕਰਕੇ ਜੋ ਪੰਗਤੀ ਵਿਚਾਰ ਅਧੀਨ ਆਪਾਂ ਸਮਝ ਰਹੇ ਸੀ ਨੈਣਹੋਂ ਪੇਖ ਠਾਕੁਰ ਕਾ ਰੰਗ ਗੁਰੂ ਸਾਹਿਬ ਜੀ ਕਹਿੰਦੇ ਅੱਖਾਂ ਦੇ ਨਾਲ ਪਰਮਾਤਮਾ ਦਾ ਤਮਾਸ਼ਾ ਵੇਖ ਇਹ ਪਰ ਦ੍ਰਿਸ਼ਟੀ ਇਹ ਮੰਦ ਦ੍ਰਿਸ਼ਟੀ ਛੱਡ ਦੇ ਇਹ ਈਰਖਾ ਵਾਲੀ ਬਿਰਤੀ ਛੱਡ ਦੇ ਕਿਉਂ ਦੇਖ ਦੇਖ ਕੇ ਮਰਨਾ ਹੈ ਤਾਂ ਤੇ ਪਰਮਾਤਮਾ ਦਾ ਤਮਾਸ਼ਾ ਵੇਖ ਵੀ ਮੇਰਾ ਮਾਲਕ ਹੀ ਅਨੇਕਾਂ ਰੰਗਾਂ ਰੂਪਾਂ 'ਚ ਖੇਡ ਰਿਹਾ ਹੈ ਇਹ ਨੇਤਰੋ ਮੇਰੇ ਹੋ ਹਰ ਤੁਮ ਹੈ ਜੋਤ ਧਰੀ ਹਰ ਬਿਨ ਆਵਰ ਨਾ ਦੇਖੋ ਕੋਈ ਹਰ ਬਿਨ ਆਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵਿਸ ਵਿਸ ਦਾ ਅਰਥ ਵਿਸ਼ਵ ਸੰਸਾਰ ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਆਵਰ ਨਾ ਕੋਈ ਕਾਹੈ ਨਾਨਕੇ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਨੈਣ ਹੋ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨ ਸਹਿ ਸਭ ਸੰਗ ਗੁਰੂ ਕੀ ਸੰਗਤ ਕਰਦੇ ਹਾਂ ਸਾਧ ਸੰਗ ਦਾ ਅਰਥ ਕੀ ਹੁੰਦਾ ਧਿਆਨ ਲਾ ਕੇ ਸਾਧੂ ਸਤਿਗੁਰ ਦੀ ਬਾਣੀ ਸੁਣਨੀ ਉੱਤਮ ਸਲੋਕ ਸਾਧ ਕੇ ਬਚਨ ਉਮਲੀਕ ਲਾਲ ਇਹ ਰਤਨ ਸੁਣਤ ਕਮਾਵਤ ਹੋਤ ਉਧਾਰ ਬਾਣੀ ਦਾ ਅਰਥ ਬਾਣੀ ਤੋਂ ਸਿੱਧ ਹੋ ਗਿਆ ਨਾ ਸਾਧੂ ਸਤਿਗੁਰ ਦੀ ਬਾਣੀ ਨੂੰ ਧਿਆਨ ਲਾ ਕੇ ਸੁਣਨਾ ਹੀ ਸਾਧ ਸੰਗ ਹੈ ਇਸ ਵੇਲੇ ਆਪਾਂ ਸਾਧ ਸੰਗ ਕਰ ਰਹੇ ਹਾਂ ਭਾਵ ਕਿ ਰੱਬੀ ਬਾਣੀ ਦੀ ਵਿਚਾਰ ਨੂੰ ਧਿਆਨ ਲਾ ਕੇ ਸੁਣ ਰਹੇ ਹਾਂ ਸੋ ਜਦੋਂ ਅਸੀਂ ਸਾਧ ਸੰਗ ਕਰਦੇ ਹਾਂ ਭਾਵ ਕਿ ਸਾਧੂ ਸਤਿਗੁਰ ਦੇ ਵਚਨਾਂ ਨੂੰ ਧਿਆਨ ਲਾ ਕੇ ਸੁਣਦੇ ਹਾਂ ਫਿਰ ਸੱਚਾ ਗਿਆਨ ਸਾਡੀ ਬਾਹਰਲੀ ਪਕੜ ਹੈ ਜਿਹੜੀ ਖਤਮ ਕਰਦਾ ਸਾਧ ਸੰਗ ਬਿਨਸੈ ਸਭ ਸੰਗ ਬਾਹਰ ਦਾ ਜਿਹੜਾ ਸਾਰਾ ਹੀ ਸੰਗ ਸੰਗ ਕਹਿ ਲਓ ਅਟੈਚਮੈਂਟ ਕਹਿ ਲਓ ਪਕੜ ਕਹਿ ਲਓ ਅਤੇ ਜਿਹੜੀ ਬਾਹਰ ਦੀ ਪਕੜ ਹੈ ਇਹ ਸਾਰੀ ਖਤਮ ਹੋ ਜਾਂਦੀ ਹੈ ਨਿਰਲੇਪ ਬਿਰਤੀ ਹੋ ਜਾਂਦੀ ਹੈ ਅਤੇ ਅਸੀਂ ਜਿਉਂਦੇ ਹੀ ਮੁਕਤ ਹੋ ਜਾਂਦੇ ਹਾਂ ਜਦੋਂ ਹੀ ਪਕੜ ਖਤਮ ਹੋ ਗਈ ਅਸੀਂ ਮੁਕਤ ਹੋ ਗਏ ਜਿਉਂਦੇ ਮਰਨ ਤੋਂ ਬਾਅਦ ਕੋਈ ਮੁਕਤੀ ਨਹੀਂ ਮਿਲਦੀ ਅਸੀਂ ਜੀਵਨ ਮੁਕਤ ਹੋਣਾ ਹੈ ਮੁਕਤੀ ਕੀ ਹੈ ਨਸ਼ੇ ਵਿਸ਼ਿਆਂ ਤੋਂ ਮੁਕਤੀ ਵਹਿਮਾਂ ਭਰਮਾਂ ਤੋਂ ਮੁਕਤੀ ਗਲਤ ਖਿਆਲਾਂ ਤੋਂ ਮੁਕਤੀ ਜਿਹੜੀ ਪਦਾਰਥਵਾਦ ਦੀ ਪਕੜ ਤੋਂ ਮੁਕਤੀ ਸੋ ਇੱਦਾਂ ਜੀਵਨ ਮੁਕਤ ਹੁੰਦੇ ਹਾਂ ਸੱਚੇ ਗਿਆਨ ਨਾਲ ਜੁੜ ਕੇ ਪਰ ਅਸੀਂ ਕੀ ਕੀਤਾ ਜਾਂ ਪੁਜਾਰੀ ਨੇ ਕੀ ਕੀਤਾ ਅਸੀਂ ਪਿੱਛੇ ਲੱਗ ਗਏ ਕਿ ਮੁਕਤੀ ਨੂੰ ਵੀ ਮਰਨ ਤੋਂ ਬਾਅਦ ਜੋੜ ਦਿੱਤਾ ਬਹੁਤੇ ਲੋਕ ਅੱਜ ਵੀ ਇਹੀ ਸਮਝਦੇ ਹੈ ਵੀ ਮੁਕਤੀ ਤਾਂ ਜੀ ਮਰਨ ਤੋਂ ਬਾਅਦ ਮਿਲਦੀ ਹੈ ਮਰਨ ਤੋਂ ਬਾਅਦ ਜਿਹੜੀ ਮੁਕਤੀ ਮਿਲੀ ਉਹਦਾ ਕੀ ਸਵਾਦ ਆਇਆ ਪਰ ਗੁਰਬਾਣੀ ਦਾ ਗਿਆਨ ਕਹਿ ਰਿਹਾ ਜੀਵਨ ਮੁਕਤੀ ਮਿਲਦੀ ਹੈ ਜੇ ਸੱਚੇ ਗਿਆਨ ਨਾਲ ਜੁੜ ਗਈ ਭਾਵ ਕਿ ਜੋ ਗੁਰਮਤ ਹੈ ਇਹ ਨਗਦ ਧਰਮ ਹੈ ਨਗਦ ਧਰਮ ਜਿਹੜਾ ਪੁਜਾਰੀ ਹੈ ਉਹ ਸਾਨੂੰ ਉਧਾਰ ਧਰਮ ਦਿੰਦਾ ਉਧਾਰ ਮਰਨ ਤੋਂ ਬਾਅਦ ਵਾਲੇ ਲਾਰੇ ਲਾਉਂਦਾ ਸਾਰੇ ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਜਿਉਂਦੇ ਮੁਕਤ ਹੋਣਾ ਹੈ ਮਰਨ ਤੋਂ ਬਾਅਦ ਵਾਲੀ ਮੁਕਤੀ ਰੱਦ ਕੀਤੀ ਹੈ ਬਾਣੀ ਵਿੱਚ ਮੁਕਤ ਵਪੜੀ ਵੀ ਗਿਆਨੀ ਤਿਆਗੇ ਗਿਆਨਵਾਨ ਪੁਰਸ਼ ਨੇ ਮਰਨ ਤੋਂ ਬਾਅਦ ਵਾਲੀ ਵਿਚਾਰੀ ਮੁਕਤੀ ਰੱਦ ਕਰ ਦਿੱਤੀ ਜੇ ਸਰੀਰ 'ਚ ਰਹਿੰਦੇ ਨਹੀਂ ਮੁਕਤ ਹੋਏ ਤਾਂ ਮਰਨ ਤੋਂ ਬਾਅਦ ਕਿਸ ਤਰ੍ਹਾਂ ਮੁਕਤ ਹੋ ਸਕਦੇ ਹਾਂ ਜਿਹੜਾ ਸਰੀਰ 'ਚ ਰਹਿੰਦਿਆਂ ਮੁਕਤ ਹੋ ਗਿਆ ਸਦਾ ਹੀ ਮੁਕਤ ਹੈ ਉਹ ਵੱਖਰੀ ਗੱਲ ਹੈ ਇਸ ਕਰਕੇ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਬੋਲੋ ਜੀਵਨ ਮੁਕਤ ਜਿਸ ਰਿਹਾ ਭਗਵੰਤ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਕਿਤੇ ਭਗਤ ਬੇਣੀ ਜੀ ਮਹਾਰਾਜ ਕਹਿੰਦੇ ਬੇਣੀ ਕਹੈ ਸੁਣੋ ਰੇ ਭਗਤ ਹੋ ਮਰਨ ਮੁਕਤ ਕਿਨ ਪਾਈ ਰੱਬ ਦੇ ਪਿਆਰਿਓ ਸੁਣੋ ਬੇਣੀ ਕਹੈ ਸੁਣੋ ਰੇ ਭਗਤ ਹੋ ਦਾ ਅਰਥ ਪਿਆਰਿਓ ਰੱਬ ਦੇ ਪਿਆਰਿਓ ਸੁਣੋ ਮਰਨ ਮੁਕਤ ਕਿਨ ਪਾਈ ਮਰ ਕੇ ਮੁਕਤੀ ਕਿਹਨੇ ਪਾਈ ਹੈ ਗੁਰਬਾਣੀ ਮਰਿਆਂ ਨੂੰ ਨਹੀਂ ਮੁਕਤ ਕਰਦੀ ਗੁਰਬਾਣੀ ਜਿਉਂਦਿਆਂ ਨੂੰ ਮੁਕਤ ਕਰਦੀ ਹੈ ਇਸ ਕਰਕੇ ਅਸੀਂ ਗੁਰਬਾਣੀ ਦੇ ਸੱਚੇ ਗਿਆਨ ਨਾਲ ਜੁੜ ਕੇ ਜੀਵਨ ਮੁਕਤ ਹੋਣਾ ਹੈ ਮਾਨ ਮੋਹ ਦੋਨੋਂ ਕੋ ਪਰ ਹਰ ਗੋਬਿੰਦ ਕੇ ਗੁਣ ਗਾਵੈ ਕਹੋ ਨਾਨਕ ਇਹ ਵਿਦ ਕੋ ਪ੍ਰਾਣੀ ਜੀਵਨ ਮੁਕਤ ਕਹਾਵੈ ਇੰਨੇ ਪ੍ਰਮਾਣ ਕਾਫੀ ਹੋ ਗਏ ਸੋ ਗੁਰੂ ਦਾ ਗਿਆਨ ਸਾਡੀ ਪਕੜ ਖਤਮ ਕਰਦਾ ਪਕੜ ਖਤਮ ਹੋ ਗਈ ਮੁਕਤ ਹੋ ਗਏ ਕਿਉਂ ਕਿਉਂਕਿ ਪਕੜ ਹੀ ਬੰਧਨ ਹੈ ਬੰਧਨ ਸਾਨੂੰ ਕਾਹਦਾ ਪਿਆ ਪਕੜਦਾ ਇਹ ਗੱਲ ਸਮਝਾਉਣ ਵਾਸਤੇ ਗੁਰਬਾਣੀ ਵਿੱਚ ਇੱਕ ਉਦਾਹਰਨ ਦਿੱਤੀ ਹੈ ਕਿਉਂਕਿ ਕਈ ਵਾਰੀ ਨਾ ਗਿਆਨ ਹੈ ਜੋ ਸਿੱਧੇ ਰੂਪ 'ਚ ਸਮਝ ਨਹੀਂ ਆਉਂਦਾ ਉਦਾਹਰਨ ਦੇ ਰਾਹੀਂ ਜਲਦੀ ਸਮਝ 'ਚ ਆ ਜਾਂਦਾ ਅਤੇ ਗੁਰਬਾਣੀ ਵਿੱਚ ਇੱਕ ਉਦਾਹਰਨ ਦਿੱਤੀ ਹੈ
ਕਹਿੰਦੇ ਮਰਕਟ ਮੁਸਤੀ ਅਨਾਜ ਕੀ ਮਨ ਬੌਰਾ ਰੇ ਲੀਨੀ ਹੱਥ ਪਸਾਰ ਛੂਟਣ ਕੋ ਸਹਿਸਾ ਪਰਿਆ ਮਨ ਬੌਰਾ ਰੇ ਨਾਚਿਓ ਘਰ ਘਰ ਵਾਰ। ਕਹਿੰਦੇ ਬਾਂਦਰ ਨੂੰ ਫੜਨ ਵਾਲੇ ਪਤਾ ਕੀ ਕਰਦੇ ਹੈ, ਉਹ ਧਰਤੀ ਦੇ ਵਿੱਚ ਨਾ ਭੀੜੇ ਮੂੰਹ ਵਾਲਾ ਕੁੱਜਾ ਕੱਢ ਦਿੰਦੇ ਹੈ ਜੁਗਤ ਵਰਤੀ ਬਾਂਦਰ ਨੂੰ ਫੜਨ ਵਾਸਤੇ, ਉਹਦੇ ਵਿੱਚ ਪਾ ਦਿੰਦੇ ਆ ਖਿੱਲਾ ਮਖਾਣੇ। ਬਾਂਦਰ ਆਇਆ, ਉਹਨੇ ਖਿੱਲਾ ਮਖਾਣੇ ਦੇਖੇ, ਜਦੋਂ ਉਹਨੇ ਕੀ ਕੀਤਾ ਹੱਥ ਪਾ ਕੇ ਨਾ ਕੁੱਜੇ ਵਿੱਚ ਮਰਕਟ, ਮਰਕਟ ਬਾਂਦਰ ਨੂੰ ਕਹਿੰਦੇ ਹੈ, ਮੁਸਤੀ ਅਨਾਜ ਕੀ, ਉਹ ਜੋ ਕੁੱਜੇ ਵਿੱਚ ਅਨਾਜ ਹੈ ਉਹਦੀ ਮੁੱਠੀ ਭਰ ਲਈ। ਮੁਸਤੀ ਦਾ ਭਾਅ ਮੁੱਠੀ, ਕਿੱਦਾਂ ਲੀਨੀ ਹੱਥ ਪਸਾਰ, ਇੱਦਾਂ ਹੱਥ ਪਸਾਰ ਕੇ, ਪੂਰਾ ਹੱਥ ਪਸਾਰ ਕੇ ਪੂਰੀ ਮੁੱਠੀ ਭਰ ਲਈ। ਹੁਣ ਭਰਿਆ ਹੋਇਆ ਹੱਥ ਬਾਹਰ ਨਹੀਂ ਨਿਕਲਦਾ, ਹੁਣ ਕੀ ਹੈ ਬਾਂਦਰ ਫਸ ਗਿਆ, ਬਾਂਦਰ ਨੂੰ ਬੰਧਨ ਪੈ ਗਿਆ। ਹੁਣ ਬਾਂਦਰ ਨੂੰ ਕੀ ਭੁਲੇਖਾ ਪੈਂਦਾ ਹੈ, ਵੀ ਮੈਨੂੰ ਕੁੱਜੇ ਨੇ ਫੜ ਲਿਆ। ਬਾਂਦਰ ਨੂੰ ਭੁਲੇਖਾ ਹੀ ਪੈਂਦਾ, ਅਤੇ ਬਾਂਦਰ ਆਪਣੀ ਬੋਲੀ ਵਿੱਚ ਦੂਜੇ ਆਪਣੇ ਬਾਂਦਰ ਸਾਥੀਆਂ ਨੂੰ ਇਹੀ ਕਹਿੰਦਾ ਹੋਣਾ ਵੀ ਛਡਾਓ ਛਡਾਓ ਮੈਨੂੰ ਕੁੱਜੇ ਨੇ ਫੜ ਲਿਆ, ਪਰ ਬਾਂਦਰ ਨੂੰ ਕੌਣ ਸਮਝਾਵੇ ਵੀ ਤੈਨੂੰ ਕੁੱਜੇ ਨੇ ਨਹੀਂ ਫੜਿਆ, ਤੈਂ ਕੁੱਜੇ ਨੂੰ ਫੜਿਆ। ਬਾਂਦਰਾ ਖਿੱਲਾਂ ਦੀ ਪਕੜ ਛੱਡ ਦੇ, ਅਤੇ ਕੁੱਜਾ ਤੈਨੂੰ ਉਸੇ ਵੇਲੇ ਛੱਡ ਦੂ, ਜਿੰਨੀ ਦੇਰ ਤੂੰ ਖਿੱਲਾਂ ਦੀ ਪਕੜ ਨਹੀਂ ਛੱਡਦਾ ਓਨੀ ਦੇਰ ਕੁੱਜਾ ਬੰਧਨ ਪਿਆ ਹੀ ਰਹੂਗਾ। ਖਿੱਲਾਂ ਦੀ ਪਕੜ ਹੈ ਅਤੇ ਕੁੱਜਾ ਬੰਧਨ ਹੈ, ਦੇਖੋ ਕਿੰਨੇ ਸੋਹਣੇ ਢੰਗ ਨਾਲ ਬਾਣੀ ਸਮਝਾਇਆ। ਖਿੱਲਾਂ ਦੀ ਪਕੜ ਛੱਡ ਦੇ, ਮੁੱਠੀ ਖੋਲ੍ਹ ਦੇ, ਮੁੱਠੀ ਖੋਲ੍ਹ ਦੇ, ਖਿੱਲਾਂ ਦੀ ਪਕੜ ਛੱਡ ਅਤੇ ਬਾਂਦਰ ਉੱਡ ਜਾ। ਸੋ ਕਹਿਣ ਦਾ ਭਾਵ, ਸਾਡੀ ਪਕੜ ਹੀ ਬੰਧਨ ਬਣੇ ਆ ਸਾਡੇ ਵਾਸਤੇ। ਜਦੋਂ ਪਕੜ ਖਤਮ ਹੋ ਗਈ ਅਤੇ ਬੰਧਨ ਖਤਮ ਹੋ ਗਏ, ਬੰਧਨ ਖਤਮ ਹੋ ਗਏ, ਅਸੀਂ ਜਿਉਂਦੀ ਮੁਕਤ ਹੋ ਗਏ। ਸੋ ਗੁਰਬਾਣੀ ਦਾ ਸੱਚਾ ਗਿਆਨ, ਸਾਧ ਸੰਗ ਬਿਨਸੈ ਸਭ ਸੰਗ 'ਤੇ ਗੱਲ ਚੱਲ ਰਹੀ ਹੈ। ਇੱਦਾਂ ਜਦੋਂ ਅਸੀਂ ਸਾਧੂ ਸਤਿਗੁਰ ਦੀ ਸੰਗਤ ਕਰਦੇ ਹਾਂ, ਧਿਆਨ ਲਾ ਕੇ ਬਾਣੀ ਸੁਣਦੇ ਹਾਂ, ਗੁਰਬਾਣੀ ਦਾ ਸੱਚਾ ਗਿਆਨ ਸਾਡੀ ਸੁਰਤ ਵਿੱਚ ਨਿਰਲੇਪਤਾ ਪੈਦਾ ਕਰ ਦਿੰਦਾ, ਸਾਰੀ ਪਕੜੀ ਖਤਮ ਹੋ ਜਾਂਦੀ ਹੈ ਬਾਹਰ ਦੀ। ਬਿਨਸਾ ਸਭ ਸੰਗ, ਸਾਰਾ ਹੀ ਸੰਗ, ਬਾਹਰ ਦਾ ਪਕੜ ਖਤਮ ਹੋ ਗਈ ਅਤੇ ਅਸੀਂ ਜਿਉਂਦੇ ਮੁਕਤ ਹੋ ਗਏ। ਇੱਦਾਂ ਗੁਰੂ ਦਾ ਗਿਆਨ ਸਾਨੂੰ ਜਿਉਂਦਿਆਂ ਨੂੰ ਹੀ ਮੁਕਤ ਕਰਦਾ, ਜੀਵਨ ਮੁਕਤ ਹੋਣਾ ਹੈ ਅਸੀਂ ਧਿਆਨ 'ਚ ਰੱਖਿਓ ਉਸ ਗੱਲ ਨੂੰ। ਨੈਣ ਹੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੈ ਸਭ ਸੰਗ, ਚਰਨ ਚੱਲੋ ਮਾਰਗ ਗੋਬਿੰਦ, ਮਿਟਹੇ ਪਾਪ ਜਪੀਐ ਹਰ ਬਿੰਦ। ਅਗਲੀ ਪੰਕਤੀ ਵਿੱਚ ਗੁਰੂ ਜੀ ਸਿੱਖਿਆ ਦੇ ਰਹੇ ਹਨ ਕਿ ਗੋਬਿੰਦ ਮਾਰਗ 'ਤੇ ਚੱਲੋ ਭਾਈ, ਚਰਨ ਚੱਲੋ ਮਾਰਗ ਗੋਬਿੰਦ। ਹੁਣ ਗੋਬਿੰਦ ਮਾਰਗ ਕਿਹੜਾ ਹੈ? ਜਿਹੜਾ ਮਾਰਗ ਸਾਨੂੰ ਗੁਰਬਾਣੀ ਦੱਸ ਰਹੀ ਹੈ, ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾਵੈ ਗੋ। ਇਉਂ ਸਮਝ ਲਓ ਜੋ ਵਚਨ ਹੈ, ਬਾਣੀ ਹੈ, ਬਾਣੀ ਹੀ ਸਤਿਗੁਰ ਦਾ ਨੂਰੀ ਸਰੂਪ ਹੈ, ਕਿਉਂਕਿ ਸਤਿਪੁਰਸ਼ ਆਪਣੇ ਵਚਨਾਂ ਵਿੱਚ ਸਮਾਏ ਹੁੰਦੇ ਹੈ, ਜਿਵੇਂ ਵਾਸ਼ਨਾ ਫੁੱਲਾਂ ਦੇ ਵਿੱਚ ਸਮਾਈ ਹੋਈ ਹੁੰਦੀ ਹੈ, ਇਸੇ ਤਰ੍ਹਾਂ ਸਤਿਪੁਰਸ਼ ਆਪਣੇ ਵਚਨਾਂ ਵਿੱਚ ਸਮਾਏ ਹੁੰਦੇ ਨੇ, ਅਤੇ ਵਚਨ ਨੂੰ ਧਿਆਨ ਲਾ ਕੇ ਸੁਣਨਾ ਹੀ ਸਤਿਪੁਰਸ਼ਾਂ ਦਾ ਪ੍ਰਤੱਖ ਦਰਸ਼ਨ ਹੁੰਦਾ। ਆਹ ਗੱਲ ਸਮਝ 'ਚ ਆ ਜਾਵੇ, ਸਤਿਗੁਰੂ ਗੁਣਾਂ ਦੀ ਮੂਰਤ ਹੈ, ਧਿਆਨ ਨਾਲ ਸੁਣ ਕੇ ਮਨ ਵਿੱਚ ਵਸਦੀ ਹੈ। ਤਾਂ ਅਤੇ ਇੱਦਾਂ ਜਦੋਂ ਅਸੀਂ ਧਿਆਨ ਲਾ ਕੇ ਰੱਬੀ ਬਾਣੀ ਨੂੰ ਸੁਣਦੇ ਹਾਂ, ਸਤਿਗੁਰ ਦਾ ਸੰਗ ਕਰਦੇ ਹਾਂ, ਧਿਆਨ ਲਾ ਕੇ ਬਾਣੀ ਸੁਣਦੇ ਹਾਂ, ਫਿਰ ਸਤਿਗੁਰ ਜੋ ਸੱਚਾ ਗਿਆਨ ਰੱਬੀ ਬਾਣੀ ਸਾਨੂੰ ਫਿਰ ਪੱਧਰਾ ਸਿੱਧਾ ਮਾਰਗ ਜੋ ਪਰਮਾਤਮਾ ਵਾਲਾ ਗੁਰਬਾਣੀ ਦੱਸਦੀ ਹੈ, ਇੱਦਾਂ ਜੋ ਮਾਰਗ ਗੁਰਬਾਣੀ ਦੱਸ ਰਹੀ ਹੈ ਅਸੀਂ ਗੁਰਬਾਣੀ ਦੇ ਦੱਸੇ ਰਾਹ 'ਤੇ ਤੁਰਨਾ ਹੈ। ਦੱਸੇ ਰਾਹ 'ਤੇ ਤੁਰਨ ਦਾ ਭਾਵ ਜਿਨ੍ਹਾਂ ਕੰਮਾਂ ਤੋਂ ਸਾਨੂੰ ਰੋਕਿਆ ਹੋਇਆ ਗੁਰਬਾਣੀ 'ਚ, ਉਹ ਬੁਰਾਈਆਂ ਅਸੀਂ ਛੱਡ ਦੇਣੀ ਹੈ। ਜੋ ਕਰਨ ਵਾਸਤੇ ਕਹਿੰਦੇ ਨੇ ਗੁਰੂ ਜੀ ਸੇਵਾ ਸਿਮਰਨ, ਉਹ ਅਸੀਂ ਕਰਨਾ ਹੈ। ਇੱਦਾਂ ਗੁਰੂ ਮਾਰਗਦਰਸ਼ਕ ਹੈ ਅਤੇ ਸਾਡਾ ਫਰਜ਼ ਹੈ ਕਿ ਅਸੀਂ ਗੁਰੂ ਦੇ ਦੱਸੇ ਰਾਹ 'ਤੇ ਤੁਰੀਏ, ਚੱਲੀਏ। ਜੇ ਦੱਸੇ ਰਾਹ 'ਤੇ ਨਾ ਤੁਰੀਏ ਫਿਰ ਨਹੀਂ ਮੰਜ਼ਿਲ ਮਿਲਦੀ। ਭਾਈ ਗੁਰਦਾਸ ਜੀ ਇੱਕ ਸਵਈਏ 'ਚ ਲਿਖਦੇ ਹੈ, ਪੂਛਤ ਪਾਥਕ ਤਿਹ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੈ ਦੇਸ ਕੈਸੇ ਵਤਨ ਸਹਿਜਾਈਐ, ਪੂਛਤ ਵੈਦ ਖਾਤ ਔਸ਼ਧ ਨਾ ਸੰਜਮ ਸਹਿ, ਰੋਗ ਕੈਸੇ ਮਿਟੇ ਸੁੱਖ ਸਹਿਜ ਸਮਾਈਐ, ਪੂਛਤ ਸੁਹਾਗਣ ਕਰਮ ਹੈ ਦੁਹਾਗਣ ਕੈ ਹਿਰਦੈ, ਵਿਵਚਾਰ ਕਤ ਸੇਜਾ ਬੁਲਾਈਐ, ਗਾਏ ਸੁਣੈ ਆਖੈ ਮੀਚੈ, ਪਾਈਐ ਨਾ ਪਰਮ ਪਦ, ਗੁਰ ਉਪਦੇਸ਼ ਗਹਿ ਜੋ ਲਾਉਣਾ ਕਮਾਈਐ। ਦੇਖੋ ਉਦਾਹਰਨਾਂ ਦੇ ਦਿੱਤੀਆਂ, ਕਹਿੰਦੇ ਰਾਹ ਪੁੱਛ ਲਿਆ, ਪੂਛਤ ਪਾਥਕ ਭਾ ਦੱਸੇ ਰਾਹ 'ਤੇ ਪੈਰ ਨਹੀਂ ਧਰਿਆ, ਅਤੇ ਇਹ ਮਾਰਗ ਨਾਲ ਧਾਰੈ ਪੱਗ, ਪ੍ਰੀਤਮ ਕਹਿ ਦੇਸ ਕੈਸੇ ਵਤਨ ਸਹਿਜਾਈਐ, ਪਿਆਰੇ ਦੇ ਦੇਸ ਗੱਲਾਂ ਨਾਲ ਤਾਂ ਨਹੀਂ ਪਹੁੰਚਿਆ ਜਾਂਦਾ। ਭਾਵ ਅਰਥ ਕੀ, ਗੁਰੂ ਸਾਹਿਬ ਜੀ ਰਾਹ ਦੱਸਦੇ ਨੇ ਅਤੇ ਅਸੀਂ ਦੱਸੇ ਰਾਹ 'ਤੇ ਤੁਰਨਾ ਹੈ।
ਪਿਛਲੀ ਹਾਂ ਜੀ ਗੱਲ ਹੋਈ ਸੀ ਨਾ ਆਪਣੇ ਆਪ ਤੇ ਕਿਰਪਾ ਕਰਨੀ ਹੈ ਗੁਰੂ ਦਾ ਵਚਨ ਮੰਨਣਾ ਆਪਣੇ ਆਪ ਤੇ ਕਿਰਪਾ ਹੈ ਗੁਰੂ ਜੀ ਕਿਰਪਾ ਕਰ ਰਹੇ ਆ ਸੱਚਾ ਗਿਆਨ ਦੇ ਰਹੇ ਨੇ ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸੱਚੇ ਗਿਆਨ ਦੇ ਵਚਨ ਨੂੰ ਸੁਣ ਕੇ ਮੰਨ ਲਈਏ ਸੁਣਤ ਕਮਾਵਤ ਹੋ ਤੋ ਉਧਾਰ ਅਤੇ ਜੇ ਵਚਨ ਨਹੀਂ ਮੰਨਦੇ ਕਬੀਰ ਸਾਚਾ ਸਤਿਗੁਰ ਕਿਆ ਕਰਿਆ ਜਾਓ ਸਿੱਖਾਂ ਮੈਂ ਚੂਕ ਫਿਰ ਪਿਰਥੀ ਚੰਦ ਦਾ ਤਾਂ ਕੋਈ ਇਲਾਜ ਨਹੀਂ ਭਾਵ ਜਿਹੜਾ ਵਚਨ ਨਹੀਂ ਮੰਨਦਾ ਇਹ ਤਾਂ ਕਹਿੰਦਾ ਇਤਿਹਾਸਕ ਪਾਤਰ ਤੀਜੇ ਪਾਤਸ਼ਾਹ ਦਾ ਦੋਹਤਾ ਚੌਥੇ ਪਾਤਸ਼ਾਹ ਦਾ ਪੁੱਤ ਹੈ ਪਿਰਥੀ ਚੰਦ ਪੰਜਵੇਂ ਪਾਤਸ਼ਾਹ ਦਾ ਭਾਈ ਛੇਵੇਂ ਪਾਤਸ਼ਾਹ ਦਾ ਤਾਇਆ ਪਿਰਥੀਆ ਕਾਹਤੇ ਰਹਿ ਗਿਆ ਕਿਉਂਕਿ ਉਹਨੇ ਵਚਨ ਨਹੀਂ ਮੰਨਿਆ ਉਹ ਦੱਸੇ ਰਾਹ 'ਤੇ ਤੁਰਿਆ ਨਹੀਂ ਇਸ ਕਰਕੇ ਅਸੀਂ ਕੀ ਕਰਨਾ ਬਾਣੀ ਦੇ ਦੱਸੇ ਰਾਹ 'ਤੇ ਚੱਲਣਾ ਗੁਰਬਾਣੀ ਸਾਨੂੰ ਗੋਬਿੰਦ ਮਾਰਗ ਦੱਸ ਰਹੀ ਹੈ ਪਰਮਾਤਮਾ ਵਾਲਾ ਸਿੱਧਾ ਮਾਰਗ ਦੱਸ ਰਹੀ ਹੈ ਪੱਧਰ ਮੁਕਤ ਜਨਾ ਵੈਗੋ ਮੁਕਤੀ ਦਾ ਪੱਧਰਾ ਰਾਹ ਪੱਧਰ ਕਹਿ ਲਓ ਪੱਧਰਾ ਕਹਿ ਲਓ ਸਿੱਧਾ ਕਹਿ ਲਓ ਜੀ ਟੀ ਰੋਡ ਨੈਸ਼ਨਲ ਹਾਈਵੇ ਸਿੱਧਾ ਰਾਹ ਦੱਸ ਰਹੀ ਹੈ ਅਸੀਂ ਦੱਸੇ ਰਾਹ 'ਤੇ ਤੁਰਨਾ ਹੈ ਭਾਵ ਕਿ ਗੁਰਬਾਣੀ ਦੇ ਸੱਚੇ ਗਿਆਨ ਦੇ ਮੁਤਾਬਕ ਅਸੀਂ ਜੀਵਨ ਜਿਉਣਾ ਹੈ ਗੁਰਬਾਣੀ ਦੇ ਗਿਆਨ ਨੂੰ ਆਪਾਂ ਆਪਣੇ ਜੀਵਨ ਦੇ ਵਿੱਚ ਲਾਗੂ ਕਰਨਾ ਹੈ ਇਹ ਹੈ ਚਰਨ ਚੱਲੋ ਮਾਰਗ ਗੋਬਿੰਦ ਭਾਵ ਕਿ ਸਾਡਾ ਮਾਰਗ ਸਹੀ ਹੋਣਾ ਚਾਹੀਦਾ ਹੈ ਅਸੀਂ ਸੱਚੇ ਗਿਆਨ ਦੇ ਮੁਤਾਬਕ ਆਪਣੇ ਜੀਵਨ ਦੇ ਵਿੱਚ ਵਿਚਰੀਏ ਫਿਰ ਕੀ ਹੋਏਗਾ ਮਿਟਹੇ ਪਾਪ ਜਪੀਐ ਹਰ ਬਿੰਦ ਇੱਦਾਂ ਪਰਮਾਤਮਾ ਜੀ ਨੂੰ ਥੋੜ੍ਹਾ ਕੁ ਸਮਾਂ ਯਾਦ ਕਰਦਿਆਂ ਵੀ ਪਾਪ ਕੱਟੇ ਜਾਂਦੇ ਆ ਜੇ ਮਾਰਗ ਸਹੀ ਹੋਵੇ ਪਹਿਲੀ ਪੰਕਤੀ ਨਾਲ ਰੱਖਿਓ ਮਿਟਹੇ ਪਾਪ ਜਪੀਐ ਹਰ ਬਿੰਦ ਭਾਵ ਕਿ ਜੇ ਗੱਡੀ ਮਾਰਗ 'ਤੇ ਹੋਵੇ ਸਿੱਧੀ ਹੋਵੇ ਤਾਂ ਜੋ ਜਪ ਹੈ ਇਹ ਰੇਸ ਦਾ ਕੰਮ ਕਰਦਾ ਹੈ ਮੰਜ਼ਿਲ 'ਤੇ ਪਹੁੰਚਦੀ ਹੈ ਗੱਡੀ ਅਤੇ ਜੇ ਗੱਡੀ ਰਸਤੇ ਤੋਂ ਪਾਸੇ 'ਤੇ ਹੈ ਜਾਂ ਪਲਟੀ ਹੋਈ ਹੈ ਵੀ ਚਾਰੇ ਟਾਇਰ ਉੱਤੇ ਪਲਟੀ ਗੱਡੀ ਨੂੰ ਕੋਈ ਜਿੰਨੀਆਂ ਮਰਜ਼ੀ ਰੇਸਾਂ ਦੇ ਲਵੇ ਕਿਤੇ ਨਹੀਂ ਪਹੁੰਚਦੀ ਬੋਲੋ ਸਤਨਾਮ ਭਾਵ ਕਿ ਜੇ ਅਸੀਂ ਪੁੱਠੇ ਕੰਮ ਕਰਦੇ ਹਾਂ ਪਲਟੀ ਗੱਡੀ ਜੀਵਨ ਦੀ ਗੱਡੀ ਦੀ ਗੱਲ ਹੈ ਨਾ ਜੇ ਕੰਮ ਪੁੱਠੇ ਕਰਨੇ ਹੈ ਪੁੱਠੇ ਕੰਮ ਕਰਨ ਵਾਲਾ ਕਹੇ ਜੀ ਮੈਂ ਜਪ ਵੀ ਕਰਦਾ ਕਮਾਲ ਦੀ ਗੱਲ ਹੈ ਉਲਟੀ ਗੱਡੀ ਨੂੰ ਰੇਸਾਂ ਦਿੰਦਾ ਪਲਟੀ ਗੱਡੀ ਨੂੰ ਰੇਸਾਂ ਦਿੰਦਾ ਇਸ ਕਰਕੇ ਗੁਰਬਾਣੀ ਨੇ ਕਹਿ ਦਿੱਤਾ ਹਰ ਹਰ ਕਰਹੇ ਨਿਤ ਕਪਟ ਕਮਾਵਹੇ ਹਿਰਦਾ ਸ਼ੁੱਧ ਨਾ ਹੋਈ ਅਣ ਦਿਨ ਕਰਮ ਕਰੇ ਬਹੁ ਤੇਰੇ ਸੁਪਣੇ ਸੁਖਣਾ ਹੋਈ ਗਿਆਨੀ ਗੁਰਬਿਨ ਭਗਤ ਨਾ ਹੋਈ ਕੋਰੇ ਰੰਗ ਕਦੇ ਨਾ ਚੜ੍ਹਿਆ ਜੇ ਸੋ ਲੋਚੈ ਕੋਈ ਇੱਦਾਂ ਜੇ ਹੁਣ ਦੇਸੀ ਉਦਾਹਰਨ ਲੈ ਲਓ ਸ਼ੂਗਰ ਦਾ ਮਰੀਜ਼ ਹੈ ਜਲੇਬੀਆਂ ਗੁਲਾਬ ਜਾਮਣਾ ਵੀ ਖਾਈ ਜਾਂਦਾ ਕਹਿੰਦਾ ਦਵਾਈ ਤਾਂ ਮੈਂ ਰੋਜ਼ ਲੈਣਾ ਸ਼ੂਗਰ ਦੀ ਦਵਾਈ ਤਾਂ ਰੋਜ਼ ਲੈਣਾ ਜਲੇਬੀਆਂ ਗੁਲਾਬ ਜਾਮਣਾ ਛੱਡ ਕੇ ਲੈ ਮਿੱਠਾ ਵਿੱਚ ਹੀ ਖਾਈ ਜਾਂਦਾ ਫਿਰ ਡਾਕਟਰ ਨੂੰ ਕਹਿੰਦਾ ਡਾਕਟਰ ਸਾਹਿਬ ਚੈੱਕ ਕਰੋ ਇਹ ਸ਼ੂਗਰ ਉਨੀ ਆਉਂਦੀ ਹੈ ਡਾਕਟਰ ਸਾਹਿਬ ਕਿਰਪਾ ਕਰੋ ਜੀ ਡਾਕਟਰ ਕਹੋ ਮੈਂ ਕਿਰਪਾ ਕਰਤੀ ਤੂੰ ਮਾੜੀ ਜੀ ਕਿਰਪਾ ਕਰ ਲਾ ਆਪਣੇ ਆਪ 'ਤੇ ਮਿੱਠਾ ਬੰਦ ਕਰ ਦੇ ਸਧਾਰਨ ਹੀ ਗੱਲ ਜਿਵੇਂ ਜਿਸ ਤਰ੍ਹਾਂ ਹੁਣ ਸ਼ੂਗਰ ਦੀ ਦਵਾਈ ਮਿੱਠਾ ਬੰਦ ਕਰਕੇ ਪਰਹੇਜ਼ ਰੱਖ ਕੇ ਲੈਣੀ ਹੈ ਨਾ ਕਹਿਣ ਦਾ ਭਾਵ ਬੁਰਾਈਆਂ ਤੋਂ ਪਰਹੇਜ਼ ਕਰਨਾ ਦੱਸੇ ਰਾਹ 'ਤੇ ਤੁਰਨਾ ਪੁੱਠੇ ਕੰਮ ਨਹੀਂ ਜੇ ਪੁੱਠੇ ਕੰਮ ਕਰਦੇ ਹਾਂ ਸਾਡੀ ਜੀਵਨ ਦੀ ਗੱਡੀ ਤਾਂ ਪਲਟੀ ਹੋਈ ਹੈ ਅਸੀਂ ਗੁਰੂ ਤੋਂ ਬੇਮੁੱਖ ਹਾਂ ਅਸੀਂ ਬਾਣੀ ਦੇ ਦੱਸੇ ਰਾਹ ਤੋਂ ਪਾਸੇ 'ਤੇ ਹਾਂ ਜੇ ਅਸੀਂ ਮਾਰਗ 'ਤੇ ਨਹੀਂ ਚੱਲ ਰਹੇ ਤਾਂ ਫਿਰ ਜਪ ਰੇਸ ਦਾ ਕੰਮ ਕੋਈ ਨਹੀਂ ਕਰਦਾ ਜਪ ਰੇਸ ਦਾ ਕੰਮ ਕਰਦਾ ਜੇ ਦੱਸੀ ਰਾਹ ਦੇ ਉੱਤੇ ਤੁਰੀਏ ਅਸੀਂ ਸਹੀ ਕੰਮ ਕਰੀਏ ਜੋ ਗੁਰੂ ਸਾਹਿਬ ਜੀ ਕਰਨ ਵਾਸਤੇ ਕਹਿੰਦੇ ਹੈ ਇਸ ਕਰਕੇ ਕਪਟ ਵੀ ਕਰੀ ਜਾਣੇ ਕਹਿੰਦੇ ਹਰ ਹਰ ਵੀ ਕਰਦੇ ਹਾਂ ਕਪਟ ਵੀ ਕਰਦੇ ਹਾਂ ਹਰ ਹਰ ਤਰੇ ਨਿਤ ਕਪਟ ਕਮਾਵਹੇ ਹਿਰਦਾ ਸ਼ੁੱਧ ਨਾ ਹੋਈ ਫੈਸਲਾ ਬਾਣੀ ਦਾ ਇੱਦਾਂ ਤੇਰਾ ਅੰਦਰ ਸ਼ੁੱਧ ਨਹੀਂ ਹੁੰਦਾ ਅਣਦਿਨ ਕਰਮ ਕਰੇ ਬਹੁ ਤੇਰੇ ਸੁਪਣੇ ਸੁਖਣਾ ਹੋਏ ਚਲੋ ਇੱਥੋਂ ਤੱਕ ਭਾਵ ਕਿ ਸਹੀ ਮਾਰਗ 'ਤੇ ਚੱਲੀਏ ਅਸਲ 'ਚ ਬੰਦਗੀ ਹੀ ਇਹੀ ਹੈ ਕਿ ਗੁਰੂ ਦੇ ਦੱਸੇ ਮਾਰਗ 'ਤੇ ਚੱਲਦੇ ਹੋਏ ਜਾਂ ਗੁਰੂ ਦੇ ਗਿਆਨ ਮੁਤਾਬਕ ਜੀਵਨ ਜਿਉਂਦੇ ਹੋਏ ਪਰਮਾਤਮਾ ਨੂੰ ਯਾਦ ਰੱਖੀਏ ਬੰਦਗੀ ਬੰਦਿਸ਼ ਵਿੱਚ ਰਹਿ ਕੇ ਪਰਮਾਤਮਾ ਨੂੰ ਯਾਦ ਰੱਖੀਏ ਬੰਦਿਸ਼ ਕਿਹੜੀ ਜੋ ਗੁਰੂ ਦੀ ਸਿੱਖਿਆ ਦੇ ਵਿੱਚ ਰਹਿਣਾ ਬੰਦਿਸ਼ ਦਾ ਭਾਵ ਬੰਦੀ ਅੰਦਰ ਸਿਫਤ ਕਰਾਏ ਤਾਂ ਕਿ ਉਹ ਕਹੀਏ ਬੰਦਾ ਬੰਦਾ ਉਸੇ ਨੂੰ ਕਿਹਾ ਜਾਂਦਾ ਬੰਦਾ ਦਾ ਭਾਵ ਮਾਨਸ ਦੇ ਹੀ ਉਹ ਇਸਤਰੀ ਪੁਰਸ਼ ਕੋਈ ਹੈ ਲਫ਼ਜ਼ ਇਹ ਸਾਂਝਾ ਇਸਤਰੀ ਪੁਰਸ਼ ਵਾਸਤੇ ਬੰਦਾ ਉਸੇ ਨੂੰ ਬੰਦਾ ਕਿਹਾ ਜਾਂਦਾ ਜਿਹੜਾ ਬੰਦੀ ਅੰਦਰ ਰਹੇ ਗੁਰੂ ਦੀ ਦੱਸੀ ਸਿੱਖਿਆ ਦੇ ਵਿੱਚ ਰਹੇ ਗੁਰੂ ਦੇ ਦੱਸੇ ਮਾਰਗ 'ਤੇ ਚੱਲੇ ਇੱਧਰ ਉੱਧਰ ਨਾ ਜਾਵੇ ਬਿਲਕੁਲ ਮਾਰਗ ਦੀ ਬੰਦਿਸ਼ ਹੁੰਦੀ ਹੈ ਨਾ ਵੀ ਇੱਧਰ ਉੱਧਰ ਨਹੀਂ ਜਾਣਾ ਸਿੱਧਾ ਤੁਰਿਆ ਚੱਲ ਇਸ ਕਰਕੇ ਸਾਡਾ ਫਰਜ਼ ਹੈ ਕਿ ਅਸੀਂ ਗੁਰੂ ਦੇ ਦੱਸੇ ਰਾਹ 'ਤੇ ਸਿੱਧੇ ਤੁਰੇ ਚੱਲੀਏ ਇੱਧਰ ਉੱਧਰ ਨਹੀਂ ਹੋਣਾ ਇੱਧਰ ਉੱਧਰ ਨਹੀਂ ਇੱਧਰ ਉੱਧਰ ਸਮਝ ਕੇ ਨਾ ਇੱਧਰ ਉੱਧਰ ਨਹੀਂ ਜਾਣਾ ਵੀ ਇੱਧਰ ਉੱਧਰ ਭਾਵ ਕਿਸੇ ਪੁੱਠੇ ਪਾਸੇ ਕੁਬਤ ਫੈਲੀ ਕਰਨ ਜਾਂ ਕਿਸੇ ਵਹਿਮ ਭਰਮ ਵਾਲੇ ਪਾਸੇ ਜਾਂ ਕਿਸੇ ਹੋਰ ਇੱਦਾਂ ਆਸੇ ਪਾਸੇ ਨਹੀਂ ਲੋ ਤੁਸੀਂ ਸਮਝ ਗਏ ਇਸ਼ਾਰਾ ਆਸੇ ਪਾਸੇ ਨਹੀਂ ਜਾਣਾ ਵੀ ਸਿੱਧਾ ਰਾਹ 'ਤੇ ਤੁਰਿਆ ਚੱਲ
मार्ग तो परे नहीं होना। इस करके चरण चलो मार्ग गोविंद, मिटहे पाप जपिए हर बिंद। कर हर करम श्रवण हर कथा, हर दरगह नानक उजल मथा। फिर इस बंद की समाप्ति की पंक्ति है कर हर करम। कर कहिंदे हत्थां नूं, इन्हां हत्थां दे नाल रब्बी काम कर। हर कर्म का भाव वह काम कर जिहड़े काम तेनू परमात्मा दे नेड़े लै जाना, क्योंकि करमी आपो अपनी के नेड़ा के दूर। पुठे काम सानू परमात्मा तो दूर लै जांदे है, ते शुभ काम सानू साडी सुरत नू परमात्मा दे नेड़े लै जांदे है। शुभ काम अपनी आपां आम उदाहरण लै लो, लै गुरु घर आके ना लमाइयां भाणा, मान लो गुरु के लंगर दे विच ना प्रसादे नू लग गए हथ बनाउण नू लग गए हथ, ते की होया अंदरों परमात्मा दी याद चल पई, अंदरों याद आई रसना दे, उह तां रसना ते तां आई ना, जिवें अंदरों हासा रसना ते भी आ जांदा है, अंदरों याद आई परमात्मा दी, रसना तो सहज सुभाव जी चल पिया सतनाम वाहिगुरु, क्योंकि हथ है जिहड़े उह सेवा नाल जुड़ गए। घरों गुरु घर वल नू तुर पे परमात्मा की याद का भाव बन गया। जो हम घरों कोई पुठे पासे नू जा रहा है, किसी पुठे किसी भी पुठे कोई लच्चर प्रोग्राम वल, कोई ठेके वल, कोई जुआ घर वल, उदों रब नहीं याद आता, क्यों? क्योंकि पैर पुठे पासे जा रहे, रब कितों याद आजू? हथ पुठे काम करते, रब कितों याद आजू? इस करके मार्ग जदों सही होवे ना फिर बख्शिश हुंदी है। इस करके हत्थां दे नाल ओह काम कर जिहड़े जिहड़े काम तैनूं परमात्मा दे नेड़े लै जाणा। कर हर कर्म, इन्हां हत्थां नाल लिखणा तां सच लिख, इन्हां हत्थां नाल सेवा कर। परिवार दे विच परिवारक सेवा कह लो भी सेवा ही है, बच्चे पालना रब जी का हुक्म है, भी परमात्मा ने ड्यूटी लाई है मेरी, दो तीन बच्चे तैं पालने। हुण बच्चे नौजवान हो गए, माता पिता बजुर्ग हो गए, हुण मापिआं दी सेवा रब दी सेवा, संगत दी सेवा रब दी सेवा, विच संगत हर प्रभ वसै जीओ, मनुखता दी सेवा रब दी सेवा, क्यों? फरीदा खालक खालक में खालक वसै रब माहे। शेख फरीद साहब कहिंदे जो खालक दा भाव हुंदा मालक परमात्मा, खालक दा भाव हुंदा खालकत मनुखता ह्यूमैनिटी लुकाई। मनुखता परमात्मा मनुखता विच वसदा, ते मनुखता परमात्मा विच वसदी है ताने पेटे दी तरह ओत पोत। इस करके मनुखता दी सेवा रब दी सेवा, जिन्ना हो सके दुनिया च विचरदिआं भले दा काम कर, संगत च आ गया संगत च सेवा कर, पर परिवार विच परिवारक फर्ज ठीक ढंग नाल पूरे कर। दुकान ते है तां गाहक दे विच नूं रब दा रूप जाण के इदां अटेंड कर, गाहक नूं रब नूं अटेंड करीदा। जे दफ्तर दे विच काम करदा है तां रब दा काम समझ के कर, फिर तूं सर्विस करदा, सर्विस सेवा कर रहे। इदां जिथे भी विचर रहे हाँ तां ते उह ड्यूटी बस उह रब्बी सेवा समझ के करिए। इदां हत्थां दे नाल रब्बी काम कर, समझ लो भी रब रब दा ही काम करना है। ध्यान विच परमात्मा होवे सी जो भी करदे हाँ फिर उह सेवा ते रब्बी काम बन जांदा है। इस करके कर हर कर्म, कर हर कर्म, इन्हां हत्थां नाल रब्बी काम कर, शुभ काम कर, चंगे काम कर। श्रवण हर कथा, ते कन्नां दे नाल हरी दी कथा नूं सुण। गुरबाणी दी विचार की है हर कथा, क्योंकि हर की बाणी है। जदों आपां विचार करदे हाँ तां फिर हर कथा होगी, भाव के गुरबाणी दी विचार नूं कन्नां दे राहीं ध्यान ला के सुण। श्रवण हर कथा, हर दरगह नानक उजल मथा। फिर गुरु नानक बाबा जी पांचवें सरूप च बचन कह रहे हैं कि परमात्मा की हजूरी विच तेरा मस्तक उज्जल होवेगा, भाव के तू सुरखरू हो जावेगा। हर दरगह नानक उजल मथा। सो गुरबाणी विचार संपूर्ण। थोड़े क समय के एक जो यानी कि कर्मकांड जिहा चलता है वो बारे इशारा दे जावा। ज्ञान तो बाणी तो सारे नहीं सुनने, पर साडियां कुछ मावां भैणां धीआं ने खास ख्याल करना। वह की है? वह है जानी कि मेरे कल नूं ही आ रहा है करूए दे वर्त दा पखंड, करूआ दा पखंड। ये असी नहीं करना। हाँ जे कोई गुरमत फलसफे नूं कह लो बाणी दे सच्चे ज्ञान नूं नहीं मनदा, मनुख अपने विचारां प्रति सुतंत्र है, पर जे असी कहिंदे हाँ असी गुरु के सिख हाँ, असी गुरबाणी दे ज्ञान नूं मनदे हाँ, गुरु ग्रंथ साहिब दे सन्मुख मत्था टेकदे हाँ, मत्था टेकण दा ही भाव है ना वी असी गुरबाणी दे ज्ञान नूं मनण दा प्रण करदे हाँ, तां इह गल नूं चंगी तरह दृढ़ कर लो भी वर्त रखना एक पखंड है।
सारे ही इस ज्ञान समझ लगे आप। सो गुरबाणी विच वचन है वर्त करे चंद्रायणा से कितै ना लेखं। गुरु साहब जी गुरबाणी च फरमान करते हैं भी चंद नूं देख के ही रोटी खानी है, ये वर्त किसी लेखे विच नहीं किसी काम नहीं। वर्त करे चंद्रायणा से कितै ना लेखं। देखो बाणी का फैसला भी चंद नूं वेख के रोटी खानी है, चंद नूं वेख के रोटी खानी है, यह वर्त किसी लेखे विच नहीं। पहली गल तो यह है कि चंद कोई वेखण वाली चीज नहीं, भी चंद नूं वेखना चंद की पूजा आपनूं हुण तां पता ही है पढ़े लिखा नूं तां भी चंद की है। चंद ते तां जा भी आए साइंस दा तुहानूं पता ही है चंगी तरह। 1969 ईस्वी दे विच 21 जून 1969 ईस्वी नूं जदों अमेरिका जदों विज्ञानी चंद्रमा ते उतरे ते उन्होंने की दस्सिया कि उह तां इक पथरीली जिही धरती है, उच्ची नीवीं पथरीली जिही धरती। ते गुरबाणी च तां पहले लिखिया होया सस घर सूर समाया, भाव की है कि चंद्रमा के घरों सूरज आ रहा है। चंद्रमा भाव कि चंद्रमा का अपना कोई चानण नहीं, उत्थे सूरज का प्रकाश पैंदा ते अगे लाइट का रिफलैक्शन हुंदा, कह लो चलकोर वजदी है, कह लो लशकारा पैंदा। चंद्रमा का अपना कोई चानण नहीं, सूरज का प्रकाश पैंदा ते अगे लाइट का रिफलैक्शन हुंदा, चलकोर वजदी है, कह लो लशकारा पैंदा, कह लो। ताते कहण दा भाव की है भी पहली गल तो यह भी चंद्रमा कोई देखने वाली चीज या कोई पूजन वाली चीज नहीं। पहली गल तो यह है जे सो चंदा उगमहे सूरज चढ़े हजार एते चानण होंदे आ गुरबिन घोर अंधार। सो पहला तो यह गुर उपदेश चेते च रखियो सारे, खासकर साडियां मावां भैणां धीआं चेते विच रखियो कि अपने गुरु साहब जी कह रहे हैं भी चंद नूं देख के खानी है रोटी। इह जिहे वर्त तां किसे लेखे विच नहीं, भी पूर्णमाशी दा वर्त भी चंद्रमा देख के रोटी खानी है, जां करूए दा वर्त भी चंद्रमा देख के। असल दे विच इह वर्त जे आपां समझीए तां इह जानी कि उस वेले इस्त्री ते थोपे गए किस तरां, इदां कदे तां जानी कि इस्त्री मां दे रूप दे विच पुत दी सुख मंगदी है, जिहनूं कि चक्री दा वर्त कह दित्ता जांदा है। इह कई भैणां जाणदियां भाव कि मां ने पुत दी सुख मंगनी है। कदे भैण वर्त रखदी है भाई दूज टिक्का वीर दी सुख मंगदी है, कदे इस्त्री सुपत्नी दे रूप च करूए दा वर्त रख के अपने जीवन साथी दी सुख मंगदी है। हुण उस वेले दे पजारी वर्ग ने एक भी वर्त नहीं बनाया भी जिहड़ा पुत रखूगा वर्त भी मेरी मां राजी रहे, मां वास्ते वर्त बनाया भी मेरा पुत राजी रहे, पर पुत वास्ते कोई वर्त नहीं बनाया। हुण आप सोचो भी जे मां नूं पुत दी लोड़ है ते की पुत नूं मां दी लोड़ नहीं, की पुत नूं मां दी लोड़ नहीं, मां तों बिना पुत नूं भी नहीं कोई नहीं पुछदा। हुण भैण नूं वीर दी लोड़ ते की वीर नूं भैण दी लोड़ नहीं, हुण भैण वास्ते तां वर्त बनाता भी वीर दी सुख वास्ते भाई दूज टिक्का दा वर्त रखूगी भैण, ते वीर वास्ते तां कोई वर्त नहीं बनाया। बीबी वास्ते वर्त बनाता भी ये वर्त रखू बीबी अपने जीवन साथी दी सुख वास्ते, ते भाई वास्ते तां कोई वर्त नहीं बनाया भी मेरे घर वाली राजी रहे, जे बनाया तां दसो। सो कहण दा भाव की है ये इस्त्री नूं नीवां झुकाउण वास्ते उस वेले दे पजारी वर्ग ने तुहाडे उत्ते ये बीबी उह थोपिया गया भी भाव के तुहानूं लोड़ है, मां नूं पुत दी लोड़ है, भैण नूं वीर दी लोड़ है, तां ते किते जाने कि बीबी नूं उहदे जीवन साथी दी लोड़ है, भी तुहाडी कोई लोड़ नहीं, तुहाडे बिना तां सर भी सकदा है। सो इदां कहण दा भाव ये वर्त एक पासड़ थोपे गए तुहाडे ते, ते जे वर्त रखण दे नाल उम्र वधदी होवे तां फिर तुहाडे वास्ते तां वर्त किसे ने रखिआ, तुहाडी उम्र दा फिर की बणू तुसीं तां हुण। मेरा ख्याल तां मैनूं लगदा इदां पढ़िया तां मैं कितें नहीं, अंदाजा जिहा लाउणा पैंदा कई वार भी उहनां समयां च ना जदों जे किसी बीबी का पति चढ़ाई कर जांदा जिहड़ा पजारी वर्ग सी उह सती दी रस्म कह के ज्यौंदी नूं नाल फूक दिंदे, मैनूं लगदा डरदियां वर्त रखदे होणगे बीबियां उदों भी इहदी उम्र वड्डी होवे, क्यों पता सी भी जिन्नी चिर इह है उन्नी देर मैं ऐ, जदों इह चल गया मैनूं नाल फूकणगे, मैनूं लगदा डरदियां रखदियां होणगियां। हो सकदा भी उहनां समयां दे विच कि उह सती दी रस्म चलदी सी ना सती की रस्म। सो इदा यह पखंड है जिहड़ा छड देना है, ते बाणी दे विच इह भी लिखिआ है छोड़े अन्न करें पखंड ना सुहागण ना ओहे रंड। यह जिहड़ा वचन है कबीर साहब जी महाराज ने पखंडी जानी कि पखंडी लोगों नूं कहा है, डेरिआं वाले पखंडी साधां नूं, पर क्योंकि प्रथाए साखी महापुरख बोलदे सांझी सगल जहान है, पर इस वचन तो सिखिआ बीबियां ने भी लै लेनी है।
ਇਹ ਕਿਹਾ ਉਹਨਾਂ ਨੂੰ ਮੈਂ ਜਿਹੜੇ ਡੇਰਿਆਂ 'ਚ ਬੈਠੇ ਕਹਿੰਦੇ ਨੇ ਨਾ ਬਾਬਾ ਜੀ ਹੁਣ ਤਾਂ ਜੀ 40 ਦਿਨ ਬਾਹਰ ਨਹੀਂ ਨਿਕਲਦੇ, ਅੰਨ ਤਾਂ ਮੂੰਹ ਨਹੀਂ ਲਾਉਂਦੇ, ਬਸ ਹੁਣ ਤਾਂ ਐਵੇਂ ਥੋੜ੍ਹਾ ਦੁੱਧ ਪੀਂਦੇ ਆ, ਕੁਛ ਨਹੀਂ ਸਕਦੇ। ਅੱਗੇ ਪੰਕਤੀ ਲਿਖਿਆ ਨਾ, ਜੱਗ ਮੈਂ ਬਕਤੇ ਦੁੱਧਾ ਧਾਰੀ ਗੁਪਤੀ ਖਾਵਹੇ ਬਟਕਾ ਸਾਰੀ। ਪੂਰੇ ਸ਼ਬਦ ਨੂੰ ਵਿਚਾਰਨਾ ਹੁੰਦਾ ਹੈ। ਇਹ ਨਹੀਂ ਵੀ ਇੱਥੇ ਯਾਨੀ ਕਿ ਸਿਰਫ ਬੀਬੀਆਂ ਨੂੰ ਕਿਹਾ, ਨਹੀਂ ਜੀ ਇਹ ਡੇਰਿਆਂ ਵਾਲਿਆਂ ਨੂੰ ਕਿਹਾ ਜਿਹੜੇ ਪਖੰਡ ਕਰਦੇ ਰਹਿੰਦੇ ਅੰਨ ਛੱਡ ਕੇ। ਤੇ ਗੁਰਬਾਣੀ 'ਚ ਲਿਖਿਆ ਕਿ ਦੁਨੀਆਂ ਦੇ ਵਿੱਚ ਦੁੱਧਾ ਤਾਰੀ ਕਹਾਉਂਦੇ ਆ, ਪਰ ਅੰਦਰ ਬੈਠੇ ਕਹਿੰਦੇ ਗੁਪਤ ਪਨੀਰੀ ਛਕਦੇ ਆ। ਗੁਪਤੀ ਖਾਵਹੇ ਬਟਕਾ ਸਾਰੀ, ਵੀ ਭਾਂਡਾ ਨਹੀਂ ਖੜਕਾਉਣਾ ਪੈਂਦਾ, ਕੌਲੀ ਚਮਚੇ ਲੋੜ ਨਹੀਂ, ਲੱਪਣ ਨਹੀਂ ਕੰਮ ਚੱਲਦਾ, ਲੱਪ ਦੇ ਨਾਲ ਕਹਿੰਦੇ ਪੰਜੀਰੀ ਬਣਾ ਕੇ ਅੰਦਰ ਰੱਖ ਲਈ, ਬਾਣੀ ਦੇ ਫੈਸਲੇ ਜੀ ਸਾਰੇ। ਸੋ ਏਦਾਂ ਇਹ ਚੋਟ ਤਾਂ ਕੀਤੀ ਹੈ ਕਬੀਰ ਸਾਹਿਬ ਜੀ ਨੇ ਡੇਰਿਆਂ ਵਾਲੇ ਪਖੰਡੀਆਂ 'ਤੇ, ਪਰ ਇਸ ਬਚਨ ਤੋਂ ਸਾਡੀਆਂ ਧੀਆਂ ਭੈਣਾਂ ਨੇ ਵੀ ਸਿੱਖਿਆ ਲੈ ਲੈਣੀ ਹੈ। ਕੀ ਲਿਖਿਆ ਇੱਥੇ ਕਿ ਅੰਨ ਛੱਡਣਾ ਇਹ ਪਖੰਡ ਹੈ, ਛੋਟ ਹੀ ਅੰਨ ਕਰੇ ਪਖੰਡ, ਨਾ ਸੁਹਾਗਣ ਨਾ ਉਹ ਰੰਡ। ਉੱਥੇ ਫਿਰ ਡੇਰੇ ਵਾਲਿਆਂ ਨੂੰ ਕੀ ਕਿਹਾ ਨਾਲ ਨਾਲ ਕਿ ਇਹ ਤਾਂ ਇਹਨਾਂ ਦੀ ਜੋ ਜੀਵ ਆਤਮਾ ਹੈ, ਜੀਵ ਆਤਮਾ ਰੂਪੀ ਇਸਤਰੀ ਦੀ ਗੱਲ ਕੀਤੀ ਹੈ ਉੱਥੇ, ਇਹ ਨਾ ਤਾਂ ਸੁਹਾਗਣ ਹੈ ਅਤੇ ਨਾ ਰੰਡ ਹੈ। ਸੁਹਾਗਣ ਕਿਉਂ ਨਹੀਂ ਹੋਈ ਜੀਵ ਆਤਮਾ? ਕਿਉਂਕਿ ਇਹਨੂੰ ਪਰਮਾਤਮਾ ਦਾ ਮੇਲ ਨਾ ਹੋਇਆ। ਰੰਡ ਕਿਉਂ ਨਹੀਂ ਹੁੰਦੀ? ਕਿਉਂਕਿ ਪਰਮਾਤਮਾ ਕਦੀ ਮਰਦਾ ਨਹੀਂ। ਇਸ ਕਰਕੇ ਕਹਿੰਦੇ ਨਾ ਤਾਂ ਇਹ ਸੁਹਾ ਜਿਹੜੇ ਆਪਣੀ ਨੂੰ ਆਪ ਨੂੰ ਇਹ ਸਾਧੂ ਮਹਾਤਮਾ ਕਹਾਉਂਦੇ ਹੈ, ਨਾ ਇਹ ਸੁਹਾਗਣ ਨੇ ਨਾ ਇਹ ਰੰਡ ਹੈ, ਭਾਵ ਇਹਨੇ ਛੁੱਟੜ ਇਹਨੇ ਰੱਬ ਦੇ ਛੱਡੇ ਹੋਏ। ਅੰਨ ਛੱਡ ਕੇ ਪਖੰਡ ਕਰਨਾ ਪਰਮਾਤਮਾ ਵੱਲੋਂ ਛੁੱਟਣ ਹੋਣਾ ਹੈ। ਕਿੱਡਾ ਦੇਖੋ ਤਿੱਖਾ ਵਚਨ ਕਬੀਰ ਸਾਹਿਬ ਜੀ ਮਹਾਰਾਜ ਨੇ ਕਿਹਾ, ਇਹ ਪਰਮਾਤਮਾ ਵੱਲੋਂ ਛੁੱਟਣ ਹੋਣ ਵਾਲੀ ਗੱਲ ਹੈ। ਉਹ ਜੀਵਾਤਮਾ ਰੂਪੀ ਇਸਤਰੀ ਛੁੱਟੜਾ ਹੈ ਜੋ ਯਾਨੀ ਕਿ ਅੰਨ ਛੱਡ ਕੇ ਪਖੰਡ ਕਰਨ ਨੂੰ ਧਰਮ ਸਮਝਦੇ ਹੈ। ਇਸ ਕਰਕੇ ਅੰਨ ਛੱਡ ਕੇ ਪਖੰਡ ਕਰਨਾ ਇਹ ਧਰਮ ਨਹੀਂ, ਇਹ ਤਾਂ ਪਰਮਾਤਮਾ ਜੀ ਵੱਲੋਂ ਛੁੱਟਣ ਹੋਣਾ ਹੈ, ਬਾਣੀ ਦਾ ਫੈਸਲਾ ਇੱਕ। ਇਸ ਕਰਕੇ ਇੱਦਾਂ ਦੇ ਪਖੰਡਵਾਦ 'ਚ ਅਸੀਂ ਨਾ ਪਈਏ। ਇੱਦਾਂ ਦੇ ਪਖੰਡ ਚੱਲਦੇ ਆ ਝੂਠੀਆਂ ਕਹਾਣੀਆਂ ਤੋਂ। ਇਹਦੇ ਪਿੱਛੇ ਜਿਹੜੀ ਝੂਠੀ ਕਹਾਣੀ ਘੜੀ ਹੈ ਮੈਂ ਉਹ ਵੀ 2 ਮਿੰਟਾਂ ਸੁਣਾ ਦੇਵਾਂ, ਕਿਉਂਕਿ ਸੱਚੀ ਕਥਾ ਨੂੰ ਸੁਣਿਆ ਕਰੋ। ਸੱਚੀ ਕਥਾ ਸੁਣ ਲਈ ਨਾ ਬਾਣੀ ਰਾਹੀਂ, ਵੀ ਪਖੰਡ ਬਹੁਤ ਵੱਡਾ ਪਖੰਡ ਦੱਸਿਆ ਗੁਰਬਾਣੀ ਨੇ ਵਰਤ ਰੱਖਣਾ। ਪਰ ਹਾਲਤ ਕੀ ਹੈ? ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ, ਰਾਰ ਕਰਤ ਝੂਠੀ ਲੱਗ ਗਾਥਾ। ਝੂਠੀ ਕਹਾਣੀ ਪਿੱਛੇ ਲੱਗੀ ਦੁਨੀਆ, ਸੱਚੀ ਕਥਾ ਨਾਲ ਝਗੜਾ ਕਰ ਬਹਿੰਦੀ ਹੈ। ਝੂਠੀ ਕਹਾਣੀ ਕੀ ਫੈਲ ਗਈ? ਲੈ ਝੂਠੀ ਕਹਾਣੀ ਕਈ ਭੈਣਾਂ ਤੋਂ ਸੁਣਦੀਆਂ ਹੋਣਗੀਆਂ, ਲੈ ਝੂਠੀ ਕਹਾਣੀ ਸੁਣ ਲਓ ਜੋ ਸੁਣਾਈ ਜਾਂਦੀ ਹੈ, ਝੂਠੀ ਹੈ। ਉਹ ਜੀ ਇੱਕ ਬੀਬੀ ਬੀਰੋ ਸੀ, ਉਹ ਜੀ ਉਹਦੇ 7 ਭਾਈ ਸੀ, ਅਤੇ ਉਹ ਕਹਾਣੀ ਸੁਣਾਉਣ ਵਾਲੀ ਪਤਾ ਸਾਡੀਆਂ ਧੀਆਂ ਭੈਣਾਂ ਨੂੰ ਕੀ ਕਹਿੰਦੀ ਹੈ? ਤੁਸੀਂ ਮਗਰ ਹੰਗੂਰਾ ਭਰਿਆ ਕਰੋ। ਅਤੇ ਸਾਡੀਆਂ ਭੈਣਾਂ ਨੇ ਸੁਣ ਕੇ ਕੀ ਕਹਿੰਦੇ? ਦੋਨੇ ਕਿਹਾ ਕਿ ਬੀਬੀ ਬੀਰੋ ਸੀ, ਉਹਦੇ 7 ਭਾਈ ਸੀ, ਮਗਰੀ ਕਹਿਤਾ ਹੂੰ। ਉਹਨੂੰ ਪੁੱਛੋ ਵੀ ਬੀਬੀ ਬੀਰੋ ਦਾ ਪਿੰਡ ਦੱਸ ਕਿਹੜਾ ਸੀ, ਬੀਬੀ ਬੀਰੋ ਦੇ ਮਾਂ ਦਾ ਨਾਂ ਪਿਓ ਦਾ ਨਾਂ ਦੱਸੋ ਵੀ ਸੀ। 7 ਭਾਈਆਂ 'ਚੋਂ 1 ਭਾਈ ਦਾ ਵੀ ਨਾਂ ਦੱਸ ਦੇ, ਅਤੇ ਆ ਕੇ ਦੱਸਣਾ ਕੀ ਝੂਠੀ ਕਹਾਣੀ ਹੈ? ਬੀਬੀ ਬੀਰੋ ਸੀ ਜੀ, ਉਹਦੇ 7 ਭਾਈ ਸੀ ਜੀ, ਬੀਬੀ ਬੀਰੋ ਨੇ ਜੀ ਕਰੂਏ ਦਾ ਵਰਤ ਰੱਖਿਆ। ਕਿਉਂ ਰੱਖਿਆ? ਤਾਂ ਇਹਦਾ ਮਤਲਬ ਪਹਿਲਾਂ ਤੋਂ ਚੱਲਦਾ ਸੀ, ਕਿਉਂ ਰੱਖਿਆ? ਕਰੂਏ ਦਾ ਵਰਤ ਰੱਖ ਲਿਆ। ਉਹ ਜੀ ਚੰਦ ਚੜ੍ਹਨ 'ਚ ਨਹੀਂ ਆਇਆ, ਵੀ ਚੰਦ ਚੜ੍ਹਨ 'ਚ ਕਿਹਨੂੰ ਇਹ ਕਾਲੀ ਬੱਦਲਬਾਈ ਹੋ ਗਈ, ਉਹ ਦਿਸਣ 'ਚ ਨਹੀਂ ਆਇਆ। ਕਹਿੰਦੇ ਭਾਈਆਂ ਨੇ ਸੋਚਿਆ ਵੀ ਭੈਣ ਭੁੱਖੀ ਹੈ, ਅਤੇ ਕਈ ਵਾਰ ਮੈਂ ਭੈਣਾਂ ਨੂੰ ਹੱਸਦਾ ਕਹਿ ਦਿੰਦਾ ਹੁੰਦਾ ਵੀ ਮੈਂ ਤਾਂ ਕਹਿੰਦਾ ਵੀ ਕਰੂਏ ਵਾਲੇ ਦਿਨ ਕਾਲੀ ਕਾਲੀ ਬੱਦਲਬਾਈ ਹੋ ਜੇ, ਚੰਦਰਮਾ ਦਿਸੀ ਨਾ ਫਿਰ ਦੇਖਾਂਗੇ ਭੈਣੇ ਕੀ ਤਮਾਸਾ ਬਣੂਆ। ਫਿਰ ਤਾਂ ਭੁੱਖੇ ਮਰਨ ਵਾਲੀ ਗੱਲ ਹੀ ਹੋਊ ਨਾ, ਫਿਰ ਤਾਂ ਡੱਡੂ ਟਪੋਸੀਆਂ ਲੱਗਣਗੀਆਂ ਨਾ, ਵੀ ਕਦੇ ਬਾਹਰ ਨੂੰ ਦੇਖੋ ਚੰਦ, ਕਦੇ ਅੰਦਰ ਨੂੰ ਆ ਜਾਓ, ਅੱਜ ਨਹੀਂ ਚੰਦ ਦਿਖਦਾ ਮਰ ਭੁੱਖੀ, ਅੱਜ ਨਹੀਂ ਦਿਖਦਾ ਚੰਦ, ਅਤੇ ਚੰਦ ਦੇਖਣਾ, ਦੇਖ ਲਓ ਚੰਦ ਕਿੱਥੋਂ ਦਿਸੂਗਾ। ਤਾਂ ਤੇ ਕਹਿੰਦੇ ਜੀ ਚੰਦ ਤਾਂ ਚੜ੍ਹਨ ਵਿੱਚ ਹੀ ਨਹੀਂ ਆਇਆ। ਕਹਿੰਦੇ ਭਾਈਆਂ ਨੇ ਸੋਚਿਆ ਸਾਡੀ ਭੈਣ ਭੁੱਖੀ ਹੈ, ਉਹਨਾਂ ਨੇ ਦੂਰ ਜਾ ਕੇ ਨਾ ਕਹਿੰਦੇ ਅੱਗ ਬਾਲ ਕੇ ਮੂਹਰੇ ਚਾਦਰ ਕਰਤੀ। ਦੇਖੋ ਕਹਾਣੀਆਂ, ਚਾਦਰ ਕਰਤੀ, ਕਹਿੰਦੇ 2-3 ਭਰਾਵਾਂ ਨੇ ਤੈਅ ਕੀਤਾ ਜਾ ਕੇ ਅੱਗ ਬਾਲ ਕੇ ਮੂਹਰੇ, ਅਤੇ ਬਾਕੀ ਨੇ ਕਹਿਤਾ ਉਹ ਦੇਖ ਭੈਣੇ ਚੰਦ ਚੜ੍ਹ ਗਿਆ ਖਾਲਾ ਰੋਟੀ, ਅੱਗੇ ਉਹਨੂੰ ਭੁਲੇਖਾ ਪੈ ਗਿਆ ਚੰਦਰਮਾ ਦਾ। ਐਂ ਦੱਸੋ ਵੀ ਧਰਤੀ 'ਤੇ ਅੱਗ ਵਾਲੀ ਚੰਦਰਮਾ ਦਾ ਭੁਲੇਖਾ ਕਿਵੇਂ ਪੈ ਜੂ? ਸਾਰੀਆਂ ਝੂਠੀਆਂ। ਅੱਗੇ ਫਿਰ ਕੀ ਕੀਤਾ ਉਹਨੇ? ਪ੍ਰਸ਼ਾਦਾ ਛਕ ਲਿਆ, ਚੰਦ ਤਾਂ ਚੜ੍ਹਿਆ ਨਹੀਂ ਸੀ, ਕਿ ਉਹ ਤਾਂ ਭਾਈਆਂ ਨੇ ਅੱਗ ਬਾਲ ਕੇ ਮੂਹਰੇ ਚਾਦਰ ਕੀਤੀ ਸੀ। ਅੱਗੇ ਉਹਨੇ ਪ੍ਰਸ਼ਾਦਾ ਛਕ ਲਿਆ, ਇੰਨੀ ਕਹਿੰਦੇ ਸੁਨੇਹਾ ਆ ਗਿਆ ਵੀ ਤੇਰੇ ਘਰ ਵਾਲਾ ਤਾਂ ਬੇਹੋਸ਼ ਹੋ ਗਿਆ। ਉਹਨਾਂ ਸਮੇਂ 'ਚ ਤਾਂ ਮੋਬਾਈਲ ਫੋਨ ਹੁੰਦੇ ਨਹੀਂ ਸੀ, ਸੁਨੇਹਾ ਕਿਵੇਂ ਆ ਗਿਆ ਛੇਤੀ? ਵੀ ਕਹਾਣੀ ਗੱਪ ਕਹਾਣੀ ਫੜੋ ਵੀ ਕਾਹ 'ਤੇ ਕਿਵੇਂ ਸੁਨੇਹਾ, ਪ੍ਰਸ਼ਾਦਾ ਛਕਿਆ ਨਾਲ ਦੇ ਨੇ ਸੁਨੇਹਾ ਆ ਗਿਆ। ਉਹ ਕਿ ਬਾਹਰ ਗਿਆ ਸੀ ਜੀ, ਉਹ ਉੱਥੇ ਉਹਦੀ ਸੂਈਆਂ ਚੁੱਭ ਗਈਆਂ, ਉਹ ਬੇਹੋਸ਼ ਹੋ ਗਿਆ, ਕਿਉਂ ਉਹਨੇ ਪ੍ਰਸ਼ਾਦਾ ਛਕ ਲਿਆ। ਦੇਖੋ ਕਹਾਣੀਆਂ ਬਣਾਈਆਂ। ਅੱਗੇ ਫਿਰ ਕੀ ਕੀਤਾ ਉਹ, ਕਿ ਉਹਨੂੰ ਫਿਰ ਸਾਲ ਭਰ ਲਈ ਬੈਠੀ ਰਹੀ। ਉਹਨੂੰ ਪੁੱਛੋ ਵੀ ਕਿਹੜੇ ਹਸਪਤਾਲ 'ਚ ਦਾਖਲ ਕਰਾਇਆ ਸੀ, ਕਿੰਨੇ ਡ੍ਰਿਪ ਲੱਗੇ ਸੀ? ਵੀ ਜਿਹੜਾ ਬੰਦਾ ਕੋਮਾ 'ਚ ਚਲਿਆ ਗਿਆ ਉਹਨੂੰ ਕੋਈ ਆਪਾਂ ਕਹਿ ਲਓ ਨੱਕ ਰਾਹੀਂ ਰੈਸ ਟਿਊਬ ਪਾ ਕੇ ਜਾਂ ਡ੍ਰਿਪ ਰਾਹੀਂ ਉਹਨੂੰ ਖੁਰਾਕ ਤਾਂ ਦੇਣੀ ਪਊ? ਅੱਗੇ ਜੀ ਉਹ ਲਈ ਬੈਠੀ ਰਹੀ ਉਸਨੂੰ 1 ਸਾਲ ਭਰ, ਅਤੇ ਸਾਡੀਆਂ ਭੈਣਾਂ ਨੇ ਮਗਰੀ ਝੂਠੀ ਕਹਾਣੀ ਨੇ ਮਗਰੀ ਕਹਿਤਾ ਹੂੰ, ਲੈ ਕੱਪ ਦੇ ਮਗਰੋਂ ਹੂੰ ਕਹਿਤਾ,
ਉਹਨੂੰ ਚੈਲੰਜ ਕਰੋ ਵੀ ਨਾ ਇਹ ਤਾਂ ਹੋ ਨਹੀਂ ਸਕਦਾ। ਉਹ ਸਾਲ ਭਰ ਲਈ ਬੈਠੀ ਰਹੀ, ਕਹਿੰਦੇ ਉਹ ਸੂਈਆਂ ਕੱਢਦੀ ਰਹੀ, ਉਹ ਸੂਈਆਂ ਪਤਾ ਨਹੀਂ ਕਿੱਥੋਂ ਚੁੱਭ ਗਈਆਂ, ਫਿਰ ਉਹ ਸੂਈਆਂ ਚੁੱਭੀਆਂ ਹੋਈਆਂ ਸੀ ਸਾਰੀ, ਉਹ ਸੂਈਆਂ ਕੱਢਦੀ ਰਹੀ ਵੀ ਦੱਸੋ ਕਿਹੜੀ ਸਰਜਨ ਸੀ ਉਹ ਬੀਬੀ ਵੀਰੋ, ਸੂਈਆਂ ਕੱਢਦੀ ਰਹੀ ਆਪੇ, ਸੂਈਆਂ ਕੱਢਦੇ ਕੱਢਦੇ ਕਹਿੰਦੇ ਸਾਲ ਲੰਘ ਗਿਆ। ਸਾਲ ਬਾਅਦ ਕੀ ਹੋਇਆ, ਕਹਿੰਦੇ ਬਾਹਰ ਆਵਾਜ਼ ਦਿੱਤੀ, ਸਾਲ ਮਗਰੋਂ ਕਰੂਬੇ ਦਾ ਵਰਤ ਫਿਰ ਆ ਗਿਆ, ਉਹ ਆਵਾਜ਼ ਦਿੱਤੀ ਜਦੋਂ ਬਾਹਰ ਵੀ ਭਾਈ ਕਰਬੜੇ ਲੈ ਲਓ, ਕਰਬੜੇ ਲੈ ਲਓ, ਉਹ ਪੁੱਜੇ ਜਿਹੇ, ਅਤੇ ਉਹ ਆਪਣੀ ਗੋਲੀ ਨੂੰ ਪਤਾ ਕੀ ਕਹਿੰਦੀ ਬੀਬੀ ਵੀਰੋ, ਕਹਿੰਦੀ ਆਹ ਇੱਕ ਸੂਈ ਰਹਿ ਗਈ ਤੂੰ ਕੱਢੀ ਮਾੜਾ ਜਿਹਾ, ਅਤੇ ਮੈਂ ਭੱਜ ਕੇ ਨਾ ਕਰੂਏ ਫੜ ਲਿਆ ਵਾਂ, ਉਹ ਕੁੱਜੇ ਫੜ ਲਿਆ ਵਾਂ। ਕਹਿੰਦੇ ਤਾਂ ਉਹ ਕਰੂਏ ਦੇ ਕੁੱਜੇ ਲੈਣ ਵਗ ਗਈ, ਮਗਰੋਂ ਕਹਿੰਦੇ ਗੋਲੀ ਨੇ ਜਦੋਂ ਆਖਰੀ ਸੂਈ ਕੱਢੀ ਉਹਨੂੰ ਆ ਗਈ ਹੋਸ਼, ਜਦੋਂ ਹੋਸ਼ ਆਈ ਕਿ ਉਹ ਸਾਫ਼ ਤੋਂ ਹੁਣ ਕੋਮਾ ਦੇ ਵਿੱਚ ਸੀ, ਕਹਿੰਦੇ ਉਸ ਨੇ ਗੋਲੀ ਨੂੰ ਰਾਣੀ ਬਣਾ ਲਿਆ, ਲੈ ਆ ਦੂਜੇ ਕਰੂ ਨੇ ਨਵਾਂ ਜੱਬ ਛੇੜਤਾ, ਉਹ ਫਿਰ ਰਹਿ ਗਈ, ਫਲ ਮਿਲ ਗਿਆ, ਨਵਾਂ ਚੰਦ ਹੋਰ ਚੜ੍ਹ ਗਿਆ, ਇੱਕ ਚੰਦ ਤਾਂ ਚੜ੍ਹ ਗਿਆ ਨਾ ਦੇਖੋ ਤੁਸੀਂ, ਕਿ ਉਹਨੇ ਗੋਲੀ ਨੂੰ ਰਾਣੀ ਬਣਾ ਲਿਆ, ਕਿਉਂਕਿ ਸਾਲ ਤੋਂ ਭੁੱਲ ਗਿਆ, ਉਹ ਤਾਂ ਅਸਲੀਅਤ ਤਾਂ ਭੁੱਲ ਗਿਆ, ਉਹਨੇ ਗੋਲੀ ਨੂੰ ਹੀ ਰਾਣੀ ਬਣਾ ਲਿਆ। ਅਤੇ ਕਹਿੰਦੇ ਫਿਰ ਉਹ ਬੈਠੀ ਗਾਈ ਆਇਆ ਕਰੇ, ਗੋਲੀ ਸੀ ਜੋ ਰਾਣੀ ਹੋਈ, ਰਾਣੀ ਸੀ ਜੋ ਗੋਲੀ ਹੋਈ, ਫਿਰ ਉਹਨੂੰ ਪੁੱਛ ਲਿਆ ਕੀ ਗੱਲ ਹੈ, ਕਹਿੰਦੇ ਇੱਕ ਦਿਨ ਜਦੋਂ ਉਹਨੇ ਪੁੱਛਿਆ ਉਹਨੇ ਅਸਲੀਅਤ ਦੱਸਤੀ, ਕਹਿੰਦੇ ਫਿਰ ਉਹਨੂੰ ਵੀ ਉਹਨੇ ਰਾਣੀ ਬਣਾ ਲਿਆ, ਗੋਲੀ ਨੂੰ ਵੀ ਰਾਣੀ ਬਣਾ ਲਿਆ, ਉਹਨੂੰ ਵੀ ਐਡੀ ਮੇਰੀ ਬਾਤ ਉੱਤੋਂ ਪੈ ਗਈ ਰਾਤ। ਤਾਂ ਕਹਾਣੀ ਹੈ ਕੋਈ ਮੂੰਹ ਸਿਰ ਕਹਾਣੀ ਦਾ ਦੱਸੋ ਮੈਨੂੰ, ਇਸ ਕਹਾਣੀ ਵਿੱਚ ਸਿੱਖਿਆ ਕਿੱਦਾਂ ਦਿੱਤੀ ਜਾਂਦੀ ਹੈ, ਸੁੱਤੇ ਨੂੰ ਜਗਾਈ ਨਾ, ਰੁੱਸੇ ਨੂੰ ਮਨਾਈ ਨਾ, ਪਤਾ ਨਹੀਂ ਕਰਬਰਾ ਵਟਾਇਆ, ਜਵੰਧਾ ਝੋਲੀ ਪਾਇਆ, ਪਤਾ ਨਹੀਂ ਉਹਦੇ ਵਿੱਚ ਕੀ ਕੁਛ ਦਾ ਚੱਲਦਾ, ਇੱਦਾਂ ਦੀ ਸ਼ਬਦਾਵਲੀ ਚੱਲਦੀ ਹੈ, ਪਤਾ ਨਹੀਂ ਕੀ ਗਿਆਨ ਆ ਇਹ, ਕੀ ਗਿਆਨ ਆ ਇਹ, ਸੁੱਤੇ ਨੂੰ ਜਗਾਈ ਨਾ, ਰੁੱਸੇ ਨੂੰ ਮਨਾਈ ਨਾ, ਇਹੋ ਜਿਹਾ ਕੁਛ ਜਿਹਾ ਪਤਾ ਨਹੀਂ ਕੀ ਕਰਦੇ ਉਹਦੇ ਵਿੱਚ। ਸੋ ਇੱਦਾਂ ਇਹ ਕਹਾਣੀਆਂ ਨਾਲ ਕੋਈ ਮਤਲਬ ਨਹੀਂ, ਕੋਈ ਵੀਰੋ ਨਹੀਂ ਕਿਤੇ ਹੋਈ, ਕੋਈ ਵੀਰੋ ਦੇ ਸੱਤ ਭਾਈ ਕਿਤੇ ਨਹੀਂ ਗਏ, ਨਾ ਕੋਈ ਵੀਰੋ ਦਾ ਪਿੰਡ ਹੈ, ਨਾ ਕੋਈ ਮਾਂ ਪਿਓ ਦਾ, ਨਾ ਕੋਈ ਭਾਈ ਦਾ, ਨਾ ਵੀਰੋ ਵੀਰੋ ਦੇ ਸਹੁਰੇ ਕਿਹੜੇ ਪਿੰਡ ਸੀ, ਵੀਰੋ ਦੇ ਘਰਵਾਲੇ ਦਾ ਕੀ ਨਾਂ ਸੀ, ਕੋਈ ਕਿਤੇ ਨਹੀਂ। ਇਸ ਕਰਕੇ ਇਹ ਝੂਠੀਆਂ ਕਹਾਣੀਆਂ ਦਾ ਖਹਿੜਾ ਛੱਡੋ, ਅਤੇ ਮੈਨੂੰ ਯਕੀਨ ਹੈ ਜਿੰਨੀਆਂ ਭੈਣਾਂ ਨੇ ਸੁਣ ਲਿਆ, ਕੋਈ ਕੱਲ੍ਹ ਨੂੰ ਕਰੂਏ ਦਾ ਵਰਤ ਨਹੀਂ ਰੱਖੋ, ਅਤੇ ਆਪਣੀਆਂ ਹੋਰ ਭੈਣਾਂ ਧੀਆਂ ਨੂੰ ਵੀ ਸਮਝਾਓ ਇਹ ਗੱਲਾਂ, ਅਤੇ ਕਰੂਏ ਦਾ ਪਖੰਡ ਸਾਡੇ ਵਿੱਚ ਜੋ ਆ ਗਿਆ ਇਹਨੂੰ ਅਸੀਂ ਬਾਹਰ ਕੱਢ ਗਏ। ਸੋ ਵਰਤ ਰੱਖਣਾ ਇੱਕ ਪਖੰਡਵਾਦ ਹੈ, ਧਰਮ ਨਾਲ ਕੋਈ ਸੰਬੰਧ ਨਹੀਂ, ਯਾਨੀ ਕਿ ਵਰਤ ਦਾ, ਤਾਂ ਤੇ ਪਖੰਡਵਾਦ ਤੋਂ ਅਸੀਂ ਬਚੀਏ। ਸੋ ਇੱਦਾਂ ਆਪਾਂ ਕਰੂਏ ਦੇ ਪਖੰਡ ਦੀ ਵਿਚਾਰ ਕੀਤੀ ਹੈ, ਪਹਿਲਾਂ ਸ਼ਬਦ ਦੀ ਵਿਚਾਰ ਕੀਤੀ ਹੈ, ਹੁਣ ਸਮਾਂ ਹੋ ਗਿਆ, ਸਲੋਕ ਪੜ੍ਹ ਕੇ ਸਮਾਪਤੀ। ਪਵਨ ਗੁਰੂ ਪਾਣੀ ਰਹਿ ਗਿਆ ਸੀ, ਵੈਸੇ ਵਰਤ ਤਾਂ ਪਖੰਡ ਆਪਣੇ ਸੁਣ ਹੀ ਲਿਆ, ਵੈਸੇ ਵਰਤ ਵੀ ਹੈ ਨਹੀਂ, ਇਹ ਵੀ ਮੈਂ ਕਈ ਵਾਰ ਭੈਣਾਂ ਨੂੰ ਹੱਸਦਾ ਕਹਿ ਦਿੰਦਾ ਵੀ ਸਾਰੇ ਦਿਨਾਂ ਤੋਂ ਵੱਧ ਖਾਧਾ ਟਾਈਮ ਦਾਗਾ ਪਿੱਛਾ ਕਰਕੇ, ਟਾਈਮ ਦਾਗਾ ਪਿੱਛਾ ਜਿਹਾ ਕਰਕੇ, ਜੇ ਕੈਲਕੂਲੇਟ ਕਰਨਾ ਹੋਵੇ ਤਾਂ ਸਾਰੇ ਦਿਨਾਂ ਨੂੰ ਵੱਧ ਖਰਚਾ ਕਰੂਏ ਵਾਲੇ ਦਿਨ ਕੀਤਾ। ਸੋ ਇਹ ਪਖੰਡ ਛੱਡ ਗਏ। ਹਾਂ ਜੀ, ਅਗਲਾ ਪ੍ਰੋਗਰਾਮ ਪ੍ਰਬੰਧਕਾਂ ਕੋਲੋਂ ਸ਼੍ਰਵਣ ਕਰੋ ਜੀ, ਸਾਨੂੰ ਛੁੱਟੀਆਂ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।